ਕੌਨਸਨ ਭਾਈ ਪਰਮਜੀਤ ਸਿੰਘ ਪੰਜਬਣ ਹੋਣੀ ਤੇ ਸਿੱਖਾਂ ਦੇ ਅੰਦਰ ਉਹਨਾਂ ਨੂੰ ਲੈ ਕੇ ਇਹਨਾਂ ਜਜ਼ਬਾ ਜਾਂ ਇਹਨਾਂ ਦਰਦ ਕਿਉਂ ਹੈ ਉਹਨੋਂ ਲੰਬੇ ਸਮੇਂ ਤੋਂ ਉੱਥੇ ਲਾਹੌਰ ਵਿੱਚ ਰਹਿ ਰਹੇ ਸੀ ਉਹਨਾਂ ਦਾ ਇੱਕ ਆਪਣਾ ਕੋਈ ਬਿਜ਼ਨਸ ਸੀ ਬਿਜ਼ਨਸ ਚਲਾਉਂਦੇ ਸੀ ਤੇ ਦੂਜਾ ਦੱਸਿਆ ਜਾਂਦਾ ਵੀ ਉਹ ਕੋਈ ਇੱਕ ਰੂਪ ਉਸ ਜ਼ਿੰਦਗੀ ਨਹੀਂ ਸੀ ਉੱਥੇ ਰਹਿ ਰਹੇ ਵੀ ਅੰਦਰ ਲੁਕ ਕੇ ਰਹਿ ਰਹੇ ਸੀ ਉਹ ਬੜੇ ਉੱਥੋਂ ਦੇ ਪੋਲਿਟਿਕਲ ਸਰਕਲਾਂ ਵਿੱਚ ਉਹਨਾਂ ਦਾ ਬੜਾ ਆਉਣ ਜਾਣ ਸੀ ਉੱਥੋਂ ਦੇ ਰਾਜਨੀਤੀਵਾਨਾਂ ਨਾਲ ਖਾ ਔਰ ਉਹਨਾਂ ਦੇ ਲਿਟਰੇਰੀ ਸਰਕਲਸ ਨਾਲ ਦੱਸਿਆ ਜਾਂਦਾ ਵੀ ਲਿਟਰੇਚਰ ਦੇ ਉਹ ਕਾਫੀ ਸਾਰੇ ਮਰੀਦ ਸੀ ਸਿੱਖ ਲਹਿਰ ਬਾਰੇ ਕਿਤਾਬ ਵੀ ਲਿਖ ਰਹੇ ਸੀ ਸੋ ਸਾਨੂੰ ਪਿਛਲੇ ਸਾਲ ਪਤਾ ਲੱਗਿਆ ਸੀਗਾ ਵੀ ਉਹ ਸਿੱਖ ਲਹਿਰ ਬਾਰੇ ਕਿਤਾਬ ਲਿਖ ਰਹੇ ਆ ਪਰਮਜੀਤ ਸਿੰਘ ਪੰਜਬੜ ਵੀ ਉਹਨਾਂ ਨਾਲ ਜਿੱਦਾਂ ਨਰਾਹ ਰਹਿਣ ਕਰਕੇ ਉਹ ਕਹਿੰਦੇ ਵੀ ਇਹਨਾਂ ਦਾ ਵੀ ਇਹ ਸਿਧਾਂਤਕ ਤੌਰ ਤੇ ਇਹ ਵੀ ਲਹਿਰ ਨੂੰ ਕਾਫੀ ਵੱਡੇ ਪੱਧਰ ਤੇ ਵੀ ਉਹਦੇ ਵਿੱਚੋਂ ਜਿਹੜੀਆਂ ਗੰਧੀਆਂ ਆਦਤਾ ਸੀ ਜਾਂ ਕਮਜ਼ੋਰ ਲੋਕ ਸੀ ਉਹਨਾਂ ਨੂੰ ਪਾਸੇ ਕਰ ਜਿਉਂਪਗੇ ਜਿਹੜੀ ਵਿਪਰਨ ਕੀ ਰੀਤ ਜਿਹੜੀ ਵਿੱਚ ਆ ਗਈ ਸੀ ਉਸ ਨੂੰ ਖਤਮ ਕਰਨ ਦੇ ਵਿੱਚ ਇੱਕ ਵੱਡਾ ਯੋਗਦਾਨ ਇਹਨਾਂ ਦਾ ਜਿਹੜਾ ਉਹਨਾਂ ਨੇ ਤੇ ਭਾਰਤ ਸਰਕਾਰ ਵੱਲੋਂ ਜਿਹੜਾ ਕਿਹਾ ਜਾਣਾ ਕਿ ਨਸ਼ਿਆਂ ਦੇ ਵਪਾਰ ਦੇ ਦੋਸ਼ ਜਾਂ ਬਾਹਰੋਂ ਜਿਹੜਾ ਨਸ਼ੇ ਭੇਜਦੇ ਸਨ ਜਾਂ ਕਿਸ ਤਰ੍ਹਾਂ ਇਸ ਨੂੰ ਕਿਵੇਂ ਦੇਖਦੇ ਹੋ ਕਿਉਂਕਿ ਤੁਹਾਨੂੰ ਤੇ ਪੂਰਾ ਸਿਚੁਏਸ਼ਨ ਦਾ ਪਤਾ ਹੋਵੇਗਾ ਹਾਂਜੀ ਹਾਂਜੀ ਸੋ ਉਹਨਾਂ ਦੇ ਉਹਨਾਂ ਨਾਲ ਜਾਣਨ ਵਾਲੇ ਜਿੰਨਾ ਵੀ ਲੋਕਾਂ ਨਾਲ ਅਸੀਂ ਗੱਲ ਕੀਤੀ ਆ ਜਾਂ ਪੁਰਾਣੇ ਵੀ ਕੁਝ ਵਿਦੇਸ਼ਾਂ ਜੋ ਜਿਹੜੇ ਲੋਕ ਜਾਂਦੇ ਰਹੇ ਆ ਸੋ ਉਹ ਇਹ ਅਸੀਂ ਕਹਿ ਸਕਦੇ ਹਾਂ ਵੀ ਉਹ ਨਸ਼ਿਆਂ ਦੇ ਕਾਰੋਬਾਰ ਵਿੱਚ ਤਾਂ ਉਹ ਸੋਚ ਵੀ ਨਹੀਂ ਸਕਦੇ 6 ਮਹੀਨਿਆਂ ਨੂੰ ਜੇ ਆਪਾਂ ਕੀ ਕੀ ਖਬਰ ਆਉਂਦੀ ਹੈਗੀ ਹੈ ਕਿ ਭਾਈ ਪਰਮਜੀਤ ਸਿੰਘ ਪੰਜਵੜ ਹੁਣੀ ਜੋ ਕਿ ਪਾਕਿਸਤਾਨ ਦੇ ਵਿੱਚ ਸਨ ਉਹਨਾਂ ਦੀ ਜਿਹੜੀ ਹੈ ਸ਼ਹਾਦਤ ਹੋਈ ਹੈਗੀ ਆ ਸਰਦਾਰ ਅਰਪਾਲ ਸਿੰਘ ਦੀ ਬਹੁਤ ਸਾਰੇ ਆਪਾਂ ਕੀ ਲੋਕਾਂ ਨੂੰ ਅਜੇ ਵੀ ਨਹੀਂ ਪਤਾ ਜਿਵੇਂ ਅਸੀਂ ਨੌਜਵਾਨ ਪੀੜੀ ਨੂੰ ਕਹੀਏ ਤੇ ਜੇ ਥੋੜੇ ਲਫ਼ਜ਼ਾਂ ਚ ਕਹਿਣਾ ਹੋਵੇ ਕੌਣ ਸਨ ਭਾਈ ਪਰਮਜੀਤ ਸਿੰਘ ਪੰਜਵਣ ਹੋਣੀ ਤੇ ਸਿੱਖਾਂ ਦੇ ਅੰਦਰ ਉਹਨਾਂ ਨੂੰ ਲੈ ਕੇ ਇਹਨਾਂ ਜਜ਼ਬਾ ਜਾਂ ਇਹਨਾਂ ਦਰਦ ਕਿਉਂ ਹੈ ਜਦੋਂ 6 ਮਈ ਨੂੰ ਇਹ ਜਿਹੜੀ ਖਬਰ ਆਉਂਦੀ ਹੈ ਹਾਂਜੀ ਹਾਂਜੀ ਜੋ 1984 ਵਿੱਚ ਜਿਹੜਾ ਦਰਬਾਰ ਸਾਹਿਬ ਤੇ ਹਮਲਾ ਹੁੰਦਾ ਹੈ ਉਹ ਤੋਂ ਬਾਅਦ ਹੂੰ ਹੂੰ ਜਿਸ ਤਰ੍ਹਾਂ ਵੀ ਬਹੁਤ ਸਾਰੇ ਸਿੱਖਾਂ ਸਿੱਖਾਂ ਦੇ ਮਨ ਅਨੁਸਾਰਿਆਂ ਨੂੰ ਇੱਕ ਬਹੁਤ ਦਰਦ ਦੌਰ ਸੇਸ ਲੱਗਿਆ ਔਰ ਇਹ ਲੱਗਿਆ ਵੀ ਸਾਡੇ ਤੇ ਭਾਰਤ ਸਰਕਾਰ ਨੇ ਇੱਕ ਬਗਾਨੇ ਸ਼ਹਿਰੀਆਂ ਵਾਂਗ ਹਮਲਾ ਜਿਹੜਾ ਮੁਕੱਦਸ ਸਥਾਨ ਹੈ ਉਹ ਟਾ ਹਾਟੇ ਰੀ ਕਰ ਦਿੱਤਾ ਸੋ ਸੈਂਕੜਿਆਂ ਦੀ ਗਿਣਤੀ ਵਿੱਚ ਹੈ ਹਜ਼ਾਰਾਂ ਦੀ ਗਿਣਤੀ ਵਿੱਚ ਜਿਨ੍ਹਾਂ ਦੀ ਗਿਣਤੀ ਦਾ ਨਹੀਂ ਪਤਾ ਉੱਥੇ ਜਿਹੜੀਆਂ ਸਿੱਖ ਸੰਗਤਾਂ ਨੂੰ ਸ਼ਹੀਦ ਕਰਿਆ ਗਿਆ ਬਹੁਤ ਸਾਰੇ ਸਿੰਘ ਸ਼ਹੀਦ ਹੋਏ ਸਨ ਬੱਚੇ ਬੱਚੀਆਂ ਸਾਰਾ ਔਰ ਲਾਪਤਾ ਹੋਏ ਉਹਨਾਂ ਦਾ ਜਿਹੜਾ ਹੈਗਾ ਪਤਾ ਨਹੀਂ ਲੱਗਿਆ ਸੋ ਉਸ ਉਸ ਦਰਦ ਨੂੰ ਆਪਣੇ ਮਨ ਵਿੱਚ ਲੈ ਕੇ ਖਾਲਸਾ ਪੰਥ ਦੀ ਜਿਹੜੇ ਆਣਖ ਗੈਰਤ ਔਰ ਇੱਜ਼ਤ ਆਪਰੂ ਆ ਜਿਹੜੇ ਇਤਿਹਾਸ ਚੋਂ ਖਾਲਸਾ ਪੰਥ ਆਇਆ ਸੀ ਬਾਬਾ ਦੀਪ ਸਿੰਘ ਬਾਬਾ ਬੰਦਾ ਸਿੰਘ ਬਹਾਦਰ ਗੁਰੂ ਗੋਬਿੰਦ ਸਿੰਘ ਜੀ ਛੋਟੇ ਸਾਹਿਬ ਜਾਦੇ ਯਾਹੋਰ ਜਿਹੜੀਆਂ ਮਸਲਾਂ ਦੇ ਟਾਈਮ ਤੋਂ ਜਿੰਨਾ ਵੀ ਹੋਇਆ ਨਾ ਵੀ ਉਹ ਸਾਰਿਆਂ ਦਾ ਇੱਕ ਪ੍ਰੇਰਨਾ ਸਰੋਤ ਸਰ ਤੁਹਾਡਾ ਇਤਿਹਾਸ ਕੀ ਸੀ ਉਸ ਇਤਿਹਾਸ ਦੇ ਸੰਦਰਭ ਵਿੱਚ ਫਿਰ ਬਹੁਤ ਸਾਰੇ ਸਿੱਖ ਨੌਜਵਾਨਾ ਜਿਹੜੇ ਬਾਗੀ ਹੋ ਕੇ ਸਰਕਾਰ ਦੇ ਖਿਲਾਫ ਆ ਜਿਹੜਾ ਹਥਿਆਰਬੰਦ ਸੰਘਰਸ਼ ਵਿੱਚ ਪਏ ਗਏ ਜੀ ਸੋ ਉਹਨਾਂ ਵਿੱਚੋਂ ਭਾਈ ਪਰਮਜੀਤ ਸਿੰਘ ਪੰਜਬੜਵੀ ਸ਼ਾਮਲ ਸੀ ਸੋ ਉਹਨਾਂ ਤੋਂ ਪਹਿਲਾਂ ਇਸੇ ਪਿੰਡ ਤੋਂ ਭਾਈ ਸੁਖਦੇਵ ਸਿੰਘ ਸੁੱਖਾ ਜਿਨ੍ਹਾਂ ਨੂੰ ਜਰਨਲ ਲਾਭ ਸਿੰਘ ਦੇ ਨਾਮ ਨਾਲ ਜਾਣਿਆ ਜਾਂਦਾ ਸੋ ਉਹ ਵੀ ਉਹ ਸੰਤਾਂ ਦੇ ਟਾਈਮਸ ਤੋਂ ਉਹਨਾਂ ਦੇ 82 83 ਤੋਂ ਜਿੱਦਾਂ ਸੰਤ ਜਰਨੈਲ ਸਿੰਘ ਉਹਨਾਂ ਨਾਲ ਕੰਮ ਕਰਦੇ ਸੀ ਸੋ ਜਰਨਲ ਲਾਭ ਸਿੰਘ ਉਹਨਾਂ ਤੇ ਲਾਇਆ ਜਾਂਦਾ ਸੀ ਵੀ ਉਹਨਾਂ ਨੇ ਜਿਹੜੇ ਜਗ ਬਾਣੀ ਤੇ ਪੰਜਾਬ ਕੇਸਰੀ ਦੇ ਸੈਕੰਡ ਚ ਐਡੀਟਰ ਇਨ ਚੀਫ ਬਣੇ ਸੀ ਰਮੇਸ਼ ਉਨਾ ਦਾ ਕਤਲ ਆ ਜਿਹੜਾ ਜਲੰਧਰ ਆ ਜਿਹੜਾ ਜਲੰਧਰ ਵਾਲੀ ਲਾਇਬ੍ਰੇਰੀ ਲਾਇਬ੍ਰੇਰੀ ਦੇ ਲਾਗੇ ਪੋਸਟ ਆਫਿਸ ਦੇ ਲਾਗੇ ਉੱਥੇ ਕੀਤਾ ਸੀ ਸੋ ਪਹਿਲਾਂ ਤੋਂ ਹੀ ਸਰਗਰਮ ਸੀ ਸੋ 1984 ਦੇ ਜਿਹੜੋ ਦਰਬਾਰ ਸਾਹਿਬ ਦੀ ਜੰਗ ਹੋਈ ਹੈ ਅਕਾਲ ਤਖਤ ਸਾਹਿਬ ਵਾਲੇ ਮੋਰਚੇ ਤੇ ਸੀ ਉਹ ਤੋਂ ਬਾਅਦ ਉਹ ਗ੍ਰਫਤਾਰ ਕਰ ਲਏ ਗਏ ਸੋ ਭਾਈ ਪਰਮਜੀਤ ਸਿੰਘ ਪੰਜਬੜ ਦਾ ਦੱਸਿਆ ਜਾਂਦਾ ਵੀ 1986 ਵਿੱਚ ਆ ਜਿਹੜੇ ਇਹ ਇਹ ਭਗੌੜੇ ਹੁੰਦੇ ਆ ਇੱਕ ਦੋ ਕੇਸਾਂ ਵਿੱਚ ਇਹਨਾਂ ਨੂੰ ਫੜਿਆ ਗਿਆ ਲਗਾਤਾਰ ਦੇ ਪੁੱਛ ਗਏ ਸਤੇ ਕਾਰਨ ਤੰਗ ਆ ਕੇ ਫਿਰ ਇਹ ਵੀ ਜਿਹੜੇ ਘਰੋਂ ਚਲੇ ਗਏ ਤੋਂ ਉਤੋਂ ਬਾਅਦ ਲਗਾਤਾਰ ਸੈਕ ਸੰਘਰਸ਼ ਵਿੱਚ ਇਹਨਾਂ ਨੇ ਕਾਰਜ ਕਰਿਆ ਬਹੁਤ ਸਾਰਾ ਜਿਸ ਤਰ੍ਹਾਂ ਇੱਕ ਅਨਿਸ਼ੀਲ ਸਪਾਹੀ ਤੋਂ ਸ਼ੁਰੂ ਹੋ ਕੇ ਸੋ ਉਸ ਵੇਲੇ ਹਥਿਆਰ ਨੂੰ ਸ਼ਸਤਰਾਂ ਦੀ ਬਹੁਤ ਲੋੜ ਸੀ ਸੋ ਇਹਨਾਂ ਵਾਦ ਆਏ ਜਿਹੜਾ ਪਿੰਡ ਹੈਗਾ ਇਹਨਾਂ ਦੇ ਨਾਨਕੇ ਪਿੰਡ ਆ ਬਿਲਕੁਲ ਬਾਰਡਰ ਤੇ ਲੱਗਦੇ ਸੀ ਇਹਨਾਂ ਨੂੰ ਬਾਰਡਰ ਦੇ ਪਾਰ ਜਾਣ ਦੇ ਬਹੁਤ ਸਾਰੇ ਰਸਤੇ ਰਾਹ ਪਤਾ ਸੀ ਸੋ ਦਸਿਆ ਜਾਂਦਾ ਵੀ ਇਹਨਾਂ ਨੇ ਜਿਹੜੀ ਸ਼ਸਤਰਾਂ ਦੀ ਤੇ ਹਥਿਆਰਾਂ ਦੀ ਲੋੜ ਸੀ ਲਹਿਰ ਨੂੰ ਉਹ ਬਹੁਤ ਵੱਡੇ ਪੱਧਰ ਤੇ ਇਹਨਾਂ ਨੇ ਆਪਣੇ ਪੂਰੇ ਕੀਤੀ ਔਰ ਆਪਣੇ ਪਿੰਡੇ ਤੇ ਸਾਰਾ ਕੁਝ ਕਹਿੰਦੇ ਸੀ ਇੱਕ ਇੱਕ ਰਾਤ ਵਿੱਚ ਹੀ ਕਈ ਵਾਰ ਬਾਰਡਰ ਪਾਰ ਕਰਕੇ ਜਿੱਦਾਂ ਇਸ ਤਰ੍ਹਾਂ ਹਥਿਆਰਾਂ ਦਾ ਉਹ ਕਰ ਲੈਂਦੇ ਸੀ ਉਸ ਤੋਂ ਬਾਅਦ ਫਿਰ ਇਹ ਹੌਲੀ-ਹੌਲੀ ਇਹਨਾਂ ਨੇ ਕੁਝ ਕਾਰਜ ਕਰੇ ਖਾਸ ਕਰਕੇ ਭਾਈ ਗੁਰਜੀਤ ਸਿੰਘ ਜਿਹੜੇ ਕਿ ਉਸ ਵੇਲੇ ਸਿਕਸ ਸਟੂਡੈਂਟ ਫੈਡਰੇਸ਼ਨ ਦੇ ਪ੍ਰਧਾਨ ਸੀ ਉਹਨਾਂ ਨਾਲ ਰਲ ਕੇ ਸਿਰਫ ਇਹਨਾਂ ਨੇ ਹਥਿਆਰ ਬੰਦ ਕਾਰਵਾਈਆਂ ਹੀ ਨਹੀਂ ਕੀਤੀਆਂ ਬਲਕਿ ਸਿਧਾਂਤਕ ਤੌਰ ਤੇ ਵੀ ਲਹਿਰ ਦੀਆਂ ਬਹੁਤ ਸਾਰੇ ਐਸਪੈਕਟਸ ਨੂੰ ਨਵੇਂ ਆਉਣ ਦਾ ਉਹਦੇ ਬਾਰੇ ਆਰਟੀਕਲ ਲਿਖਣ ਦਾ ਵਿਦਵਾਨਾਂ ਨਾਲ ਵਿਚਾਰਾਂ ਕਰਨ ਦਾ ਸੋ ਇਸ ਤਰ੍ਹਾਂ ਦਾ ਜਿਹੜਾ ਉਹਨਾਂ ਨੇ ਕਾਰਜ ਕਰਿਆ ਸੋ ਬਹੁਤ ਸਾਰੇ ਵਿਦਵਾਨਾਂ ਨੂੰ ਭਾਈ ਗੁਰਜੀਤ ਸਿੰਘ ਤੇ ਭਾਈ ਪਰਮਜੀਤ ਸਿੰਘ ਆਪ ਜਾ ਕੇ ਮਿਲਦੇ ਰਹੇ ਸਿੱਖ ਲਹਿਰ ਦੀਆਂ ਘਾਟਾਂ ਕਮਜ਼ੋਰੀਆਂ ਬਾਰੇ ਜਾਂ ਇਹਦੇ ਜਿਹੜਾ ਅਕਸ ਹੈਗਾ ਉਹਨੂੰ ਕਿੱਦਾਂ ਸੁਧਾਰਿਆ ਜਾਵੇ ਉਹਦੇ ਬਾਰੇ ਲਗਾਤਾਰ ਸਰਦਾਰ ਅਜਮੇਰ ਸਿੰਘ ਨਾਲ ਉਹਨਾਂ ਦੇ ਕਾਫੀ ਕਿਸੇ ਸਮੇਂ ਤੇ ਆ ਕੇ ਨੀਡਲੈਸ ਬੰਦ ਹੋ ਗਏ ਸੀ ਕਿਉਂਕਿ ਸਰਦਾਰ ਅਜਮੇਰ ਸਿੰਘ ਦੀ ਵੀ ਪਿਛਲੇ ਦਿਨੀ ਵੀਡੀਓ ਆਈ ਹੈ ਕਿਉਂਕਿ ਸਾਡੇ ਕੋਲ ਉਸ ਲੀਡਰਸ਼ਿਪ ਬਾਰੇ ਕੋਈ ਸਭ ਤੋਂ ਵਧੀਆ ਜਾਣਕਾਰੀ ਲੈਣ ਦਾ ਜਿਹੜਾ ਸਭ ਤੋਂ ਵਧੀਆ ਸੋਰਸ ਆ ਉਹ ਸਰਦਾਰ ਅਜਮੇਰ ਸਿੰਘ ਤੇ ਸਰਦਾਰ ਕਰਮਜੀਤ ਸਿੰਘ ਪੱਤਰਕਾਰ ਆ ਜਿਹੜੇ ਉਹੀ ਨੇ ਉਹ ਲਗਾਤਾਰ ਇਹਨਾਂ ਦੇ ਜਿਹੜੇ ਸੰਪਰਕ ਵਿੱਚ ਰਹੇ ਨੇ ਸੋ ਉਹਨਾਂ ਨੇ ਦੱਸਿਆ ਵੀ ਜਦੋਂ 1988 ਵਿੱਚ ਜਿਹੜਾ ਬਲੈਕ ਥੰਡਰ ਹੁੰਦਾ ਭਾਈ ਅਜਮੇਰ ਸਿੰਘ ਦੇ ਵੀਡੀਓ ਚ ਵੀ ਆਇਆ ਵੀ ਬਲੈਕ ਥੰਡਰ ਤੇ ਇੱਕ ਤਰ੍ਹਾਂ ਨਾਲ ਜਿਹੜੇ ਉੱਥੇ ਖਾਸ ਕਿਸਮ ਦੇ ਇੱਕ ਘਟਿਆ ਅਨਸਰ ਸੀ ਲਹਿਰ ਵਿੱਚ ਜੁੜੇ ਹੋਏ ਉਹਨਾਂ ਨੇ ਦਰਬਾਰ ਸਾਹਿਬ ਵਿੱਚ ਪਨਾਹ ਲੈ ਰਹੇ ਸੀ ਉੱਥੇ ਉਹ ਚਿੱਠੀਆਂ ਪਾ ਕੇ ਫਰੋਤੀਆਂ ਵਗੈਰਾ ਜਾਂ ਹੋਰ ਗਲਤ ਕੰਮ ਕਰਦੇ ਸੀ ਔਰ ਦਰਬਾਰ ਸਾਹਿਬ ਨੂੰ ਆਪਣੇ ਅੱਡੇ ਦੇ ਤੌਰ ਤੇ ਇਹ ਜਿਹੜੇ ਘਟਿਆ ਇਨਸਾਨ ਆਏ ਵਰਤ ਰਹੇ ਸੀ ਸੋ ਜਦੋਂ ਪੁਲਿਸ ਦਾ ਅਟੈਕ ਹੋਇਆ ਤੇ ਉਹ ਸਾਰੇ ਵਾਹਾਂ ਖੜੀਆਂ ਕਰਕੇ ਬਾਹਰ ਆ ਗਏ ਜਿਸ ਦੇ ਨਾਲ ਕੌਮ ਦੇ ਮਨੋਬਲ ਤੇ ਫਰਕ ਪਿਆ ਲਹਿਰ ਦਾ ਇੱਕ ਤਰ੍ਹਾਂ ਨਾਲ ਲੱਕ ਟੁੱਟਿਆ ਉਹਦੇ ਵਿੱਚ ਬਹੁਤ ਨਮੋਸ਼ੀ ਆਈ ਰੈਂ ਵਿਚ ਵੀ ਇਹ ਸਿੱਖ ਹਥਿਆਸ ਕਦੇ ਵੀ ਨਹੀਂ ਸਿਰਿਆ ਵੀ ਕੋਈ ਬਾਹਾਂ ਖੜੀਆਂ ਕਰਕੇ ਜੜਾ ਆ ਜੇ ਸੋ ਉਸ ਸੰਦਰਭ ਵਿੱਚ ਉਹ ਦੱਸਦੇ ਹੈਗੇ ਆ ਭਾਈ ਜਮੇਰ ਸਿੰਘ ਵੀ ਇੱਕ ਮਾਝੇ ਦੇ ਹੀ ਸਰਦਾਰ ਮੋਤਾ ਸਿੰਘ ਸੀ ਕੋਈ ਕਮਿਊਨਿਸਟ ਲਹਿਰ ਨਾਲ ਪੁਰਾਣੇ ਸਬੰਧਤ ਸੀ ਪਰ ਬਹੁਤ ਵੱਡੇ ਵਿਦਵਾਨ ਸੀ ਸੋ ਉਹਨਾਂ ਤੱਕ ਦੱਸਦੇ ਹੈਗੇ ਆ ਵੀ ਜਰਨਲ ਲਾਭ ਸਿੰਘ ਨੇ ਪਹੁੰਚ ਕੀਤੀ ਵੀ ਸਾਡੀ ਲਹਿਰ ਨੂੰ ਇਸ ਵੇਲੇ ਜਿਹੜਾ ਸਿਧਾਂਤਕ ਸੰਕਟ ਵਿੱਚ ਰਹਿ ਰਹੀ ਆ ਸੀ ਨਾ ਵੀ ਸਿਧਾਂਤਕ ਤੌਰ ਤੇ ਬਹੁਤ ਕਮਜ਼ੋਰੀਆਂ ਆ ਗਈਆਂ ਨੇ ਸਾਡੀਆਂ ਸਫਾਂ ਵਿੱਚ ਬਹੁਤ ਸਾਰੇ ਅਜਿਹੇ ਅੰਸਰ ਆ ਗਏ ਆ ਜਿਨ੍ਹਾਂ ਦਾ ਸਿੱਖਾਂ ਦੇ ਸਿਧਾਂਤਾਂ ਨਾਲ ਕੋਈ ਲੈਣਾ ਦੇਣਾ ਨਹੀਂ ਜਿਹੜੇ ਲੁੱਟਮਾਰ ਕਰਨੇ ਆ ਹੋਰ ਕਿਸਮ ਦੀਆਂ ਕਾਰਵਾਈਆਂ ਵਿੱਚ ਸ਼ਾਮਲ ਨੇ ਵੀ ਸਾਨੂੰ ਇਸ ਲਈ ਸਿਧਾਂਤਕ ਕੋਈ ਸੋਝੀ ਦਿੱਤੀ ਜਾਵੇ ਵੀ ਅਸੀਂ ਇਸ ਨੂੰ ਸਾਰੀ ਨੂੰ ਕਿਸ ਤਰ੍ਹਾਂ ਠੀਕ ਕਰੀਏ ਸੋ ਸਰਦਾਰ ਮੋਤਾ ਸਿੰਘ ਇੱਕ ਹੰਡੇ ਹੋਏ ਜਿੱਦਾਂ ਆਪਾਂ ਕਹਿ ਸਕਦੇ ਆ ਵਿਦਵਾਨ ਸੀ ਔਰ ਸਿੱਖੀ ਦੇ ਨਾਲ ਵੀ ਜੁੜੇ ਹੋਏ ਸੀਗੇ ਉਹਨਾਂ ਨੇ ਉਹਨਾਂ ਦੇ ਸਰਦਾਰ ਅਜਮੇਰ ਸਿੰਘ ਨਾਲ ਵੀ ਸਾਂਝ ਸੀ ਉਹਨਾਂ ਨੇ ਅਜਮੇਰ ਸਿੰਘ ਉਹਨਾਂ ਨੂੰ ਵੀ ਬੁਲਾਇਆ ਫਿਰ ਇਹਨਾਂ ਨੇ ਜਿਹੜੀਆਂ ਵੀ ਉਸ ਵੇਲੇ ਦੇ ਹਾਲਾਤ ਸੀ ਉਹ ਕਹਿੰਦੇ ਵੀ ਅਸੀਂ ਜਰਨਲ ਲਾਹਰ ਸਿੰਘ ਨੂੰ ਬਹੁਤ ਸਾਰੇ ਨੁਕਤੇ ਲਿਖ ਕੇ ਦਿੱਤੇ ਜਿ ਤੁਹਾਨੂੰ ਲਹਿਰ ਵਿੱਚ ਜਿਹੜੀਆਂ ਇਹ ਸਿਧਾਂਤ ਕਾ ਕਮਜ਼ੋਰੀਆਂ ਜਾਂ ਜਿਹੜੇ ਇਹ ਲੁਟੇਰਾ ਕਿਸਮ ਦੇ ਲੋਕ ਲਹਿਰ ਵਿੱਚ ਬੜੇ ਨੇ ਉਹਨਾਂ ਦਾ ਸਾਰਾਇ ਕਰਿਆ ਜਾਵੇ ਉਹਦੇ ਚੋਂ ਫਿਰ ਇਹ ਪਰਮਜੀਤ ਸਿੰਘ ਪੰਜਬੜ ਵੀ ਉਹਨਾਂ ਨਾਲ ਜਿੱਦਾਂ ਰਾਂਹ ਰਹਿਣ ਕਰਕੇ ਉਹ ਕਹਿੰਦੇ ਵੀ ਇਹਨਾਂ ਦਾ ਵੀ ਇਹ ਸਿਧਾਂਤਕ ਤੌਰ ਤੇ ਇਹ ਵੀ ਲਹਿਰ ਨੂੰ ਕਾਫੀ ਵੱਡੇ ਪੱਧਰ ਤੇ ਵੀ ਉਹਦੇ ਵਿੱਚੋਂ ਜਿਹੜੀਆਂ ਗੰਦੀਆਂ ਆਦਤਾਂ ਸੀ ਜਾਂ ਕਮਜ਼ੋਰ ਲੋਕ ਸੀ ਉਹਨਾਂ ਨੂੰ ਪਾਸੇ ਕਰ ਜਿਉਂ ਪਗੇ ਵੀ ਜਿਹੜੀ ਵਿਪਰਨ ਕੀ ਰੀਤ ਜਿਹੜੀ ਵਿੱਚ ਆ ਗਈ ਸੀ ਉਸ ਨੂੰ ਖਤਮ ਕਰਨ ਦੇ ਵਿੱਚ ਇੱਕ ਵੱਡਾ ਯੋਗਦਾਨ ਇਹਨਾਂ ਦਾ ਜਿਹੜਾ ਉਹਨਾਂ ਨੇ ਪਾਇਆ ਹੈ ਤੇ ਭਾਰਤ ਸਰਕਾਰ ਵੱਲੋਂ ਜਿਹੜਾ ਕਿਹਾ ਜਾਣਾ ਕਿ ਨਸ਼ਿਆਂ ਦੇ ਵਪਾਰ ਦੇ ਦੋਸ਼ ਜਾਂ ਬਾਹਰੋਂ ਜਿਹੜਾ ਨਸ਼ੇ ਭੇਜਦੇ ਸਨ ਜਾਂ ਕਿਸ ਤਰ੍ਹਾਂ ਇਸ ਨੂੰ ਕਿਵੇਂ ਦੇਖਦੇ ਹੋ ਕਿਉਂਕਿ ਤੁਹਾਨੂੰ ਤੇ ਪੂਰਾ ਸਿਚੁਏਸ਼ਨ ਦਾ ਪਤਾ ਹੋਵੇਗਾ ਹਾਂਜੀ ਹਾਂਜੀ ਸੋ ਉਹਨਾਂ ਦੇ ਉਹਨਾਂ ਨਾਲ ਜਾਣਨ ਵਾਲੇ ਜਿੰਨਾ ਵੀ ਲੋਕਾਂ ਨਾਲ ਹੁਣ ਅਸੀਂ ਗੱਲ ਕੀਤੀ ਆ ਜਾਂ ਪੁਰਾਣੇ ਵੀ ਕੁਝ ਵਿਦੇਸ਼ਾਂ ਜੋ ਜਿਹੜੇ ਲੋਕ ਜਾਣਦੇ ਰਹੇ ਆ ਸੋ ਇਹ ਅਸੀਂ ਕਹਿ ਸਕਦੇ ਆਂ ਵੀ ਉਹ ਨਸ਼ਿਆਂ ਦੇ ਕਾਰੋਬਾਰ ਵਿੱਚ ਤਾਂ ਉਹ ਸੋਚ ਵੀ ਨਹੀਂ ਸਕਦੇ ਜਿਸ ਕਿਸਮ ਦੀ ਜਿਹੜਾ ਸਤਕਾਰ ਔਰ ਜਿਸ ਕਿਸਮ ਦਾ ਮਾਣ ਆ ਜਿਹੜਾ ਉਹਦਾ ਖਾਲਸਾ ਪੰਥ ਦੀਆਂ ਜਿਹੜੀਆਂ ਸੋਹਾਂ ਵਿੱਚ ਉਹਨਾਂ ਦਾ ਸੀਗਾ ਸੋ ਇਹ ਬਹੁਤ ਇਹ ਇਸ ਕਿਸਮ ਦਾ ਘਟਿਆ ਕੰਮ ਕਰਨਾ ਉਹਨਾਂ ਦੀ ਸੋਚ ਦਾ ਹਿੱਸਾ ਨਹੀਂ ਸੀ ਜਿਹੜੇ ਔਰ ਟੋਨੋ ਦਸੇਵਿਚ 86 ਤੋਂ ਬਾਅਦ 87 88 89 ਤੱਕ ਆਪਣੇ ਰੈਂਕਸ ਐਂਡ ਫਾਈਲਜ਼ ਵਿੱਚ ਇਹਨਾਂ ਜਿਹੜਾ ਇਸ ਕਿਸਮ ਦੇ ਘਟੀਆਂ ਲੋਕਾਂ ਦੇ ਸਫਾਇਦ ਦਾ ਜਿਹੜਾ ਹੈਗਾ ਕੰਮ ਆ ਉਹ ਕਰਦੇ ਰਹੇ ਆ ਬਹੁਤ ਸਾਰੇ ਲੋਕਾਂ ਦਾ ਉਹਨਾਂ ਨੇ ਸਫਾਇਆ ਵੀ ਕਰਿਆ ਹੋਊਗਾ ਜਿਹੜੇ ਇਸ ਤਰ੍ਹਾਂ ਦੇ ਘਟਿਆ ਕੰਮ ਕਰਦੇ ਸੀ ਸੋ ਉਹਨਾਂ ਦਾ ਹੈਗਾ ਵੀ ਇਸ ਤਰ੍ਹਾਂ ਦਾ ਜੀਵਨ ਕਦੇ ਵੀ ਨਹੀਂ ਰਿਹਾ ਵੀ ਉਹ ਪੰਜਾਬ ਦੀ ਜਵਾਨੀ ਨੂੰ ਨਸ਼ੀਆਂ ਤੇ ਲਾ ਕੇ ਜਿਨ੍ਹਾਂ ਨੇ ਪੰਜਾਬ ਦੀ ਜਵਾਨੀ ਨੂੰ ਸਿੱਖ ਸਿਧਾਂਤ ਨਾਲ ਜੋੜ ਕੇ ਆਪਣੀ ਉਹਦੀ ਬਖਸ਼ਿਸ਼ ਨਾਲ ਜੋੜਨ ਦਾ ਕਾਰਜ ਕਰਿਆ ਹੋਵੇ ਸੋ ਸਾਨੂੰ ਲੱਗਦਾ ਅਸੀਂ ਹੁਣ ਤੱਕ ਜਿੰਨੀਆਂ ਉਹਨਾਂ ਬਾਰੇ ਜਾਣਕਾਰੀਆਂ ਉਹਨਾਂ ਦੇ ਸੰਗੀਆਂ ਸਾਥੀਆਂ ਤੋਂ ਜਾਂ ਜਿਹੜੇ ਉੱਥੇ ਜਾਂਦੇ ਰਹਿੰਦੇ ਆ ਵਿਦੇਸ਼ਾਂ ਵਾਲੇ ਸਿੱਖ ਉਹਨਾਂ ਤੋਂ ਲਈ ਹੈ ਸੋ ਉਹਨਾਂ ਤੋਂ ਉਹਨਾਂ ਤੋਂ ਸਾਨੂੰ ਪਤਾ ਲੱਗਿਆ ਵੀ ਇਸ ਕਿਸਮ ਦੀ ਉਹਨਾਂ ਦੀ ਕੋਈ ਸਰਗਰਮ ਨਹੀਂ ਸੀ ਹੁਣ ਉਹ ਲੰਬੇ ਸਮੇਂ ਤੋਂ ਉੱਥੇ ਲਾਹੌਰ ਵਿੱਚ ਰਹਿ ਰਹੇ ਸੀ ਉਹਨਾਂ ਦਾ ਇੱਕ ਆਪਣਾ ਕੋਈ ਬਿਜ਼ਨਸ ਸੀ ਬਿਜ਼ਨਸ ਚਲਾਉਂਦੇ ਸੀ ਤੇ ਦੂਜਾ ਦੱਸਿਆ ਜਾਂਦਾ ਵੀ ਉਹ ਕੋਈ ਇੱਕ ਰੂਪੋਸ਼ ਜ਼ਿੰਦਗੀ ਨਹੀਂ ਸੀ ਉੱਥੇ ਰਹਿ ਰਹੇ ਵੀ ਅੰਦਰ ਲੁਕ ਕੇ ਰਹਿ ਰਹੇ ਸੀ ਉਹ ਬੜੇ ਉੱਥੋਂ ਦੇ ਪ੍ਰੈਕਟੀਕਲ ਸਰਕਲਾਂ ਵਿੱਚ ਉਹਨਾਂ ਦਾ ਬੜਾ ਆਉਣ ਜਾਣ ਸੀ ਉੱਥੋਂ ਦੇ ਰਾਜਨੀਤਿਕਵਾਨਾਂ ਨਾਲ ਖਾ ਔਰ ਉਹਨਾਂ ਦੇ ਲਿਟਰੇਰੀ ਸਰਕਲਜ਼ ਨਾਲ ਦੱਸਿਆ ਜਾਂਦਾ ਵੀ ਲਿਟਰੇਚਰ ਦੇ ਉਹ ਕਾਫੀ ਸਾਰੇ ਮਰੀਦ ਸੀ ਸਿੱਖ ਲਹਿਰ ਬਾਰੇ ਕਿਤਾਬ ਵੀ ਲਿਖ ਰਹੇ ਸੀ ਸੋ ਸਾਨੂੰ ਪਿਛਲੇ ਸਾਲ ਪਤਾ ਲੱਗਿਆ ਸੀਗਾ ਵੀ ਉਹ ਸਿੱਖ ਲਹਿਰ ਬਾਰੇ ਕਿਤਾਬ ਲਿਖ ਰਹੇ ਆ ਕਿਸੇ ਆਪਣੇ ਸੰਗੀ ਨੂੰ ਉਹਨਾਂ ਨੇ ਕਿਹਾ ਸੀਗਾ ਵੀ ਮੈਂ ਕਾਫੀ ਸਾਰਾ ਹਿੱਸਾ ਲਿਖ ਲਿਆ ਹੈ ਸੋ ਅਗਲੇ ਸਾਲ ਤੱਕ ਮੈਂ ਇਹਨੂੰ ਪੂਰੀ ਕਰ ਦਿਆਂਗਾ ਸੋ ਉਹਨਾਂ ਬਾਰੇ ਸੋ ਇਸ ਕਿਸਮ ਦਾ ਜਿਹੜਾ ਪ੍ਰੋਪਾਗੈਂਡਾ ਸਰਕਾਰਾਂ ਨੇ ਚਲੋ ਉਹ ਕਰਨਾ ਹੀ ਹੁੰਦਾ ਵੀ ਜਿਹੜਾ ਲਹਿਰ ਦਾ ਅਕਸ ਆ ਜਿਹੜਾ ਵਿਗਾੜਨਾ ਜੀ ਸੋ ਸਾਨੂੰ ਜਿਹੜਾ ਉਹਨਾਂ ਦੀ ਨਿੱਜੀ ਜਾਣਕਾਰੀ ਭਾਈ ਅਜਮੇਰ ਸਿੰਘ ਤੋਂ ਜਾਂ ਸਰਦਾਰ ਕਰਮਜੀਤ ਸਿੰਘ ਤੋਂ ਜਾਂ ਜਿਹੜੇ ਹੋਰ ਉਹਨਾਂ ਨਾਲ ਸੰਬੰਧਿਤ ਲੋਕ ਰਹੇ ਨੇ ਉਹਨਾਂ ਤੋਂ ਜਿੰਨੀਕ ਜਾਣਕਾਰੀ ਪਤਾ ਲੱਗੀ ਆ ਉਹ ਇਹ ਹੈਗਾ ਵੀ ਉਹ ਇਸ ਤਰ੍ਹਾਂ ਨਸ਼ਿਆਂ ਦੇ ਕਾਰੋਬਾਰ ਵਾਲਾ ਤਾਂ ਬੰਦਾ ਹੀ ਨਹੀਂ ਸੀ ਉਹ ਸਿੱਖੀ ਸਿਧਾਂਤ ਨਾਲ ਜੁੜਿਆ ਹੋਇਆ ਤੇ ਖਾਲਸਾ ਪੰਥ ਦੇ ਦਰਦ ਨੂੰ ਪਰਨਾਇਆ ਹੋਇਆ ਨੌਜਵਾਨ ਸੀ ਜੀ ਬਿਲਕੁਲ ਜੀ ਤੇ ਦੂਜੇ ਬੰਨੇ ਜਿਹੜਾ ਹੈ ਜਦੋਂ ਉਹਨਾਂ ਦੀ ਕਿਉਂਕਿ ਗੱਲ ਚੱਲਦੀ ਹੈ ਸ਼ਖਸ਼ੀਅਤ ਦੀ ਗੱਲ ਚੱਲਦੀ ਹੈ ਤੇ ਕੁਝ ਗੱਲਾਂ ਜਿਸ ਦੇ ਵਿੱਚ ਭਾਈ ਹਰਮਿੰਦਰ ਸਿੰਘ ਸੰਧੂ ਉਹਨਾਂ ਦਾ ਕਤਲ ਹੋਵੇ ਜਾਂ 1992 ਦੀਆਂ ਚੋਣਾਂ ਦਾ ਬਾਈਕਾਟ ਹੋਵੇ ਇਹ ਵੀ ਇੱਕ ਚਰਚਾ ਜਿਹੜੀ ਨਾਲ ਛਿੜ ਜਾਂਦੀ ਹੈ ਇਹਦੇ ਬਾਰੇ ਕੀ ਕਹੋਗੇ ਤੁਸੀਂ ਹਾਂਜੀ ਹਾਂਜੀ ਇਹ ਕਾਫੀ ਦੋ ਜਿਹੜੇ ਫੈਸਲੇ ਹਨ ਬਾਰੇ ਕਾਫੀ ਜਿਹੜੀ ਪਿਛਲੇ 15-20 ਸਾਲਾਂ ਤੋਂ ਜਿਹੜੀ ਚਰਚਾ ਹੈ ਉਹ ਹੋਈ ਹੈਗੀ ਆ ਸੋ ਸਰਦਾਰ ਅਜਮੇਲ ਸਿੰਘ ਨੇ ਵੀ ਆਪਣੀ ਵੀਡੀਓ ਵਿੱਚ ਇਹ ਕਿਹਾ ਹੈਗਾ ਵੀ ਜਿੱਥੇ ਉਹ ਸਰਲੱਥ ਨੌਜਵਾਨ ਸੀ ਹੈ ਨਾ ਵੀ ਇੱਕ ਚੰਗਾ ਲੀਡਰ ਸੀ ਫੈਸਲੇ ਲੈਣ ਵਿੱਚ ਉਹ ਇੱਕ ਤਰ੍ਹਾਂ ਨਾਲ ਸਮਰੱਥਾ ਰੱਖਦਾ ਸੀ ਔਰ ਆਪਣੇ ਫੈਸਲਿਆਂ ਨੂੰ ਲਾਗੂ ਕਰਾਉਣ ਵਿੱਚ ਵੀ ਉਹਦੇ ਜਿਹੜੀ ਅਸਰਟਿਵਨੈਸ ਐ ਉਹ ਉਹ ਸੇਗੀ ਹਨਾ ਸੋ ਇਸੇ ਤਰ੍ਹਾਂ ਉਹਨਾਂ ਨੇ ਇਹ ਵੀ ਕਿਹਾ ਵੀ ਸੋ ਐਨੀ ਲੰਬੀ ਲਹਿਰ ਵਿੱਚ ਇਹ ਨਹੀਂ ਹੁੰਦਾ ਵੀ ਕੋਈ ਲੀਡਰ ਦੇ ਸਾਰੇ ਫੈਸਲੇ ਠੀਕ ਹੁੰਦੇ ਆ ਕੁਝ ਗਲਤੀਆਂ ਵੀ ਹੋ ਸਕਦੀਆਂ ਹਨਾ ਸੋ ਇਸ ਤਰ੍ਹਾਂ ਹੁਣ ਇਸੇ ਤਰ੍ਹਾਂ ਜਿਹੜੇ ਇਹ ਦੋ ਫੈਸਲੇ ਆਏ ਆ ਜਿਹੜਾ ਭਾਈ ਹਰਮਿੰਦਰ ਸਿੰਘ ਸੰਧੂ ਦਾ ਕਤਲ ਆ ਜਿੱਥੋਂ ਤੱਕ ਮੈਂ ਇਹਦੇ ਬਾਰੇ ਜਿਹੜੀ ਜਾਂਚ ਪੜਤਾਲ ਕਰੀ ਐ ਸੋ ਭਾਈ ਹਰਮਿੰਦਰ ਸਿੰਘ ਸੰਧੂ ਦੇ ਜਿਹੜੇ ਸਭ ਇੱਕ ਬਹੁਤ ਨੇੜਲੇ ਸਾਥੀ ਰਹੇ ਆ ਭਾਈ ਅਮਰੀਕ ਸਿੰਘ ਮੁਖਤਸਰ ਹਨਾ ਸੋ ਉਹ ਫੈਡਰੇਸ਼ਨ ਵਿੱਚ ਜਿਸ ਤਰ੍ਹਾਂ 1981 ਵੀ ਅਸੀਂ ਵਿੱਚ ਹੀ ਸ਼ਾਮਲ ਸੀ ਉਹ ਭਾਈ ਦਰਸ ਸਿੰਘ ਸੰਧੂ ਨਾਲ ਉੱਥੇ ਦਰਬਾਰ ਸਾਹਿਬ 'ਚ ਬਹੁਤ ਲੰਮੇ ਸਮੇਂ ਤੋਂ ਜਿਸ ਤਰ੍ਹਾਂ ਰਹੇ ਸੀ ਨਾ ਸੋ ਉਹਨਾਂ ਦਾ ਬਹੁਤ ਨੇੜਲਾ ਭਾਈ ਅਮਰੀਕ ਸਿੰਘ ਨਾਲ ਸੰਧ ਜਰਨੈਲ ਸਿੰਘ ਨਾਲ ਤੇ ਭਾਈ ਹਰਮਿੰਦਰ ਸਿੰਘ ਸੰਧੂ ਨਾਲ ਬਹੁਤ ਇੱਕ ਗੂੜਾ ਰਿਸ਼ਤਾ ਜੀ ਫੈਡਰੇਸ਼ਨ ਦੀ ਲੀਡਰਸ਼ਿਪ ਦੇ ਸੀਨੀਅਰ ਆਗੂਆਂ ਨਾਲ ਉਹਨਾਂ ਦੇ ਸਬੰਧ ਸੀ আর ਉਹ ਤੋਂ ਬਾਅਦ ਵੀ ਉਹਨਾਂ ਨੇ ਫੈਡਰੇਸ਼ਨ ਨੂੰ ਆਰਗੇਨਾਈਜ਼ ਕਰਨ ਦਾ ਯਤਨ ਕਰਿਆ ਹੈ ਨਾ ਜੀ ਸੋ ਇੱਕ ਵਾਰੀ ਉਹ ਜਦੋਂ ਮੈਂ ਅੱਜ ਦੀ ਆਵਾਜ਼ ਵਿੱਚ ਐਜ਼ ਅ ਪੱਤਰਕਾਰ ਆਪਣਾ ਕੰਮ ਸ਼ੁਰੂ ਕਰਿਆ 1996 ਦੀ ਗੱਲ ਹੈ ਸ਼ਾਇਦ ਇਹ 95 96 ਦੀ ਸੋ ਦੋਪਾਈ ਅਮਰੀਕ ਸਿੰਘ ਉਹ ਨਹੀਂ ਉੱਥੇ ਹੁੰਦੇ ਸੀ ਸੋ ਗੱਲਾਂ-ਗੱਲਾਂ ਵਿੱਚ ਕਈ ਵਾਰ ਮੈਂ ਕਿਉਂਕਿ ਮੇਰੀ ਦਿਲਚਸਪੀ ਸੀ ਬਸ ਲਹਿਰ ਦੇ ਜਿਹੜੇ ਬੱਚੇ ਹੋਏ ਬੰਦੇ ਨੇ ਉਹਨਾਂ ਨਾਲ ਵੀ ਉਹਨਾਂ ਦੇ ਉਹਨਾਂ ਦੇ ਹਾਲਾਤ ਬਾਰੇ ਉਹ ਕਿਸ ਕਿਸਮ ਦੀ ਉਹਨਾਂ ਦੀ ਸ਼ਖਸੀਅਤ ਆ ਜਾਂ ਕਿਸ ਕਿਸਮ ਨਾਲ ਉਹ ਸੋਚਦੇ ਆ ਲਹਿਰ ਦੇ ਅਤੀਤ ਬਾਰੇ ਭਵਿੱਖ ਬਾਰੇ ਜਾਂ ਉਹਨਾਂ ਦਾ ਜੀਵਨ ਉਹ ਕਾਹਤੋਂ ਇਨਸਪਾਇਰ ਹੋਏ ਕਿਸ ਗੱਲ ਤੋਂ ਮੇਰੀ ਇਹ ਦਿਲਚਸਪੀ ਰਹੀ ਐਜ਼ ਇੱਕ ਪੱਤਰਕਾਰ ਦੇ ਤੌਰ ਤੇ ਮੈਂ ਕਾਫੀ ਦੇਰ ਉਹਨਾਂ ਨਾਲ ਬੈਠਦਾ ਰਿਹਾ ਸੋ ਉਹਦੇ ਵਿੱਚੋਂ ਮੈਂ ਉਹਨਾਂ ਨੂੰ ਪੁੱਛਿਆ ਸੀਗਾ ਵੀ ਇਹ ਹਰਮਿੰਦਰ ਸਿੰਘ ਸੰਧੂ ਦੇ ਕਤਲ ਬਾਰੇ ਵੀ ਤੇ ਉਹ ਕਹਿੰਦਾ ਵੀ ਮੈਂ ਵੀ ਪਰਮਜੀਤ ਸਿੰਘ ਪੰਜਬਣ ਨੂੰ ਲਹਿਰ ਦੇ ਦੌਰਾਨ ਹੀ ਮਿਲਿਆ ਸੀ ਕਿਸੇ ਨਾ ਉਹਨਾਂ ਦੇ ਕਤਲ ਤੋਂ ਬਾਅਦ ਹੀ ਸੋ ਉਹਨਾਂ ਨੇ ਕਹਿੰਦਾ ਵੀ ਪਰਮਜੀਤ ਸਿੰਘ ਪੰਜਬਣ ਨੇ ਕਿਹਾ ਸੀ ਵੀ ਭਾਜੀ ਨੇ ਕਿਹਾ ਸੀ ਹਾਂ ਹੈਨਾ ਵੀ ਇਹ ਸ਼ਬਦ ਅਮਰੀਕ ਸਿੰਘ ਮੁਖਸਰਦੇ ਹੈਨਾ ਕਹਿੰਦਾ ਵੀ ਭਾਜੀ ਨੇ ਕਿਹਾ ਸੀ ਭਾਜੀ ਮੀਨ ਸੀ ਜਰਨਲ ਲਾਭ ਸਿੰਘ ਜੀ ਹੈਨਾ ਵੀ ਹੁਣ ਇਹਦੇ ਚੋਂ ਹੈਗਾ ਵੀ ਜਰਨਲ ਲਾਭ ਸਿੰਘ ਦੀ ਭਾਈ ਹਰਮਿੰਦਰ ਸਿੰਘ ਸੰਧੂ ਨਾਲ ਕੋਈ ਇਸ ਤਰ੍ਹਾਂ ਗੜਬੜ ਹੋਈ ਹੈ ਹਨਾ ਉਹਦੇ ਚੋਂ ਹੁਣ ਕੁਝ ਲੋਕ ਇਹ ਕਹਿ ਰਹੇ ਹੈਗੇ ਆ ਵੀ ਭਾਈ ਹਰਮਿੰਦਰ ਸਿੰਘ ਸੰਧੂ ਤੇ ਮੈਨੂੰ ਨਹੀਂ ਪਤਾ ਮੈਂ ਇਹਨੂੰ ਅਥੈਂਟੀਕੇਟ ਨਹੀਂ ਕਰਦਾ ਜੀ ਵੀ ਜਦੋਂ ਦਰਬਾਰ ਸਾਹਿਬ ਚੋਂ ਬੰਦੇ ਫੜੇ ਗਏ ਉਹਨਾਂ ਦੀ ਪਛਾਣ ਕਹਿੰਦੇ ਕਰਾਉਣ ਲਈ ਉਹਨਾਂ ਨੇ ਭਾਈ ਹਰਮਿੰਦਰ ਸਿੰਘ ਸੰਧੂ ਨੂੰ ਵਰਤਿਆ ਹਨਾ ਹੂੰ ਹੂੰ ਤੇ ਪਤਾ ਨਹੀਂ ਉਸ ਮਾਮਲੇ ਚ ਹੋਈ ਆ ਜਾਂ ਜਦੋਂ ਜੋਧਪੁਰ ਜੇਲ੍ਹ ਵਿੱਚ ਗਏ ਆ ਜੋਧਪੁਰ ਜੇਲ੍ਹ ਵਿੱਚ ਭਾਈ ਹਰਮਿੰਦਰ ਸਿੰਘ ਸੰਧੂ ਤੇ ਜਰਨਲ ਲਾਭ ਸਿੰਘ ਦੌਰਾਨ ਕੋਈ ਜਦੋਂ ਗਲਤਫਹਿਮੀਆਂ ਪੈਦਾ ਹੋਈਆਂ ਜਾਂ ਕੁੜਤਣ ਪੈਦਾ ਹੋਈ ਤੇ ਸਾਨੂੰ ਇਹ ਵੀ ਜਾਣਕਾਰੀ ਆ ਵੀ ਉਹਨਾਂ ਗਲਤਫਹਿਮੀਆਂ ਨੂੰ ਵਧਾਉਣ ਵਿੱਚ ਫੈਡਰੇਸ਼ਨ ਦੀ ਲੀਡਰਸ਼ਿਪ ਨੇ ਬਹੁਤ ਵੱਡਾ ਰੋਲ ਅਦਾ ਕਰਿਆ ਔਰ ਕਿਤਨਾ ਕਿਤੇ ਦੇਖਣਾ ਪਊ ਕਿਦੇ ਕਹਿਣ ਤੇ ਕਰਿਆ ਜਾਂ ਕੀ ਹੋਇਆਗੀ ਉਹ 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 ਬੰਦੇ ਹਲੇ ਜਿਉਂਦੇ ਨੇ ਜਿਨ੍ਹਾਂ ਨੇ ਇਸ ਕੁੜਤਣ ਨੂੰ ਵਧਾਇਆ ਹੁਣ ਭਾਈ ਹਰਮਿੰਦਰ ਸਿੰਘ ਸੰਧੂ ਦੇ ਸਾਥੀਆਂ ਨੂੰ ਇਹ ਵੀ ਗੱਲ ਇਨਟਰੋਸਪੈਕਟ ਕਰਨੀ ਚਾਹੀਦੀ ਆ ਵੀ ਉਹਨਾਂ ਜਰਨ ਲਾਭ ਸਿੰਘ ਤੇ ਭਾਈ ਹਰਮਿੰਦਰ ਸਿੰਘ ਸੰਧੂ ਦੀ ਜਿਹੜੀ ਕੁੜਤਣ ਕਿਤੇ ਕਿਤੇ ਪੈਦਾ ਹੋਈ ਉਹਨੂੰ ਵਧਾਉਣ ਵਿੱਚ ਕੁਝ ਲੋਕਾਂ ਨੇ ਇੰਟਰਸਟ ਲਿਆ ਤਾਂ ਕਿ ਉਹਨਾਂ ਦੀਆਂ ਜਿਹੜੀਆਂ ਗੱਦੀਆਂ ਸੀ ਉਹ ਤਾਂ ਸੁਰੱਖਿਅਤ ਰਹਿ ਸਕਦੀਆਂ ਸੀ ਜੇ ਇਹਨਾਂ ਦੋਹਾਂ ਲੀਡਰਾਂ ਦਰਮਿਆਨ ਕੁੜਤਣ ਪੈਦਾ ਹੁੰਦੀ ਹਾਂ ਸੋ ਇਹ ਇਹ ਜਿਹੜਾ ਹੈਗਾ ਜਨ ਜਰਨਲ ਲਾਭ ਸਿੰਘ ਨੇ ਭਾਈ ਪਰਮਜੀਤ ਸਿੰਘ ਨੂੰ ਕੀ ਕਿਹਾ ਆ ਕਿ ਕਿਸ ਕਿਸਮ ਦੇ ਉਹਨਾਂ ਦੇ ਹਾਲਾ ਇਹ ਦੋਵੇਂ ਜਾਣਦੇ ਸੀ ਹਨ ਜਿੱਦਾਂ ਅਮਰੀਕ ਸਿੰਘ ਮੁਖਸਰ ਦੀ ਟਿੱਪਣੀ ਸੀ ਵੀ ਪਰਮਜੀਤ ਸਿੰਘ ਪੰਜਵੜ ਨੇ ਮੈਨੂੰ ਇਹ ਕਿਹਾ ਸੀਗਾ ਵੀ ਮੈਨੂੰ ਤਾਂ ਭਾਜੀ ਨੇ ਕਿਹਾ ਸੀ ਹਨ ਵੀ ਭਾਜੀ ਕਿਉਂਕਿ ਉਦੋਂ ਤੱਕ ਉਹਨਾਂ ਦਾ ਉਹ ਉਹ ਸ਼ਹੀਦ ਹੋ ਚੁੱਕੇ ਸੀ ਜਰਨਲ ਲਾਭ ਸਿੰਘ 1988 ਵਿੱਚ ਸੋ ਉਹਨਾਂ ਉਹਨਾਂ ਦੇ ਜੇ ਗੱਲਾਂ ਤੇ ਹੁਣ ਜਦੋਂ ਨਾ ਤੁਸੀਂ ਅੰਡਰਗਰਾਉਂਡ ਲਹਿਰਾਂ ਵਿੱਚ ਕੰਮ ਕਰਦੇ ਹਾਂ ਇਹ ਬਹੁਤ ਸਾਰੇ ਇਸ ਤਰ੍ਹਾਂ ਦੇ ਜਿਹੜੇ ਅੰਡਰਗਰਾਉਂਡ ਲਹਿਰ ਦੇ ਲੀਡਰ ਹੈ ਜਿਹੜੇ ਲੋਕ ਹੁੰਦੇ ਆ ਉਹਨਾਂ ਵਿੱਚ ਕਿਤੇ ਨਾ ਕਿਤੇ ਤਾਂ ਜਿਹੜੀ ਹੈਗੀ ਵੀ ਇਹ ਇਸ ਤਰ੍ਹਾਂ ਦਾ ਇਹ ਜਲੌ ਰਹਿੰਦਾ ਵੀ ਫੜੇ ਨਾ ਜਾਈਏ ਹਨਾ ਗੋਰੀਲੇ ਦੀ ਇਹ ਹੁੰਦੀ ਆ ਫੜੇ ਨਾ ਜਾਈਏ ਮਾਰੇ ਨਾ ਜਾਈਏ ਯਾ ਮਤਲਬ ਕਿ ਆਪਣੇ ਆਪ ਨੂੰ ਬਚਾਉਣਾ ਉਹ ਡਰ ਨਹੀਂ ਹੁੰਦਾ ਇੱਕ ਸੁਚੇਤ ਰਹਿਣਾ ਬਿਲਕੁਲ ਇੱਕ ਅੱਗੇ ਰੋਜ਼ਮਾਰਾ ਦਾ ਕੰਮ ਹੀ ਹੋਈ ਹੋ ਜਾਂਦਾ ਹਾਂਜੀ ਹਾਂਜੀ ਕਿਉਂਕਿ ਇਹਦੇ ਬਾਰੇ ਮੈਨੂੰ ਪਤਾ ਲੱਗਿਆ ਸਰਦਾਰ ਕਰਮਜੀਤ ਸਿੰਘ ਦੇ ਵੀ ਉਹ ਮਗਰ ਪੈ ਗਏ ਸੀ ਜੀ ਪਰਮਜੀਤ ਸਿੰਘ ਪੰਜਵੜ ਹਣਾ ਸੋ ਕਰਮਜੀਤ ਸਿੰਘ ਕਿਉਂਕ ਇੱਕ ਪੱਤਰਕਾਰ ਹੋਰ ਇਤਿਹਾਸਕਾਰ ਹੋਣ ਦੇ ਨਾਤੇ ਇਹਨਾਂ ਨਾਲ ਰੂਪ ਉਸ ਜਿੰਦਗੀ ਦੌਰਾਨ ਮੀਟਿੰਗਾਂ ਤੇ ਇਹਨਾਂ ਦੀਆਂ ਮੁਲਾਕਾਤਾਂ ਕਰਦੇ ਰਹੇ ਸੀ ਤੇ ਕਿਸੇ ਟਮੇ ਸਾਮ ਤੇ ਆ ਕੇ ਕਹਿੰਦਾ ਵੀ ਪਰਮਜੀਤ ਸਿੰਘ ਪੰਜਵੜ ਨੇ ਕਰਮਜੀਤ ਸਿੰਘ ਨੂੰ ਕਹਿ ਦਿੱਤਾ ਸੀ ਹਨਾ ਵੀ ਜਾਂ ਤਾ ਭਗੌੜਾ ਹੋ ਜਾ ਨਹੀਂ ਮੈਂ ਤੈਨੂੰ ਮਾਰ ਦੇਣਾ ਵੀ ਤੰਨੂੰ ਸਾਡੇ ਸਾਰੇ ਟਿਕਾਣਿਆਂ ਦਾ ਪਤਾ ਹੈ ਜੇ ਪੁਲਿਸ ਨੇ ਤੈਨੂੰ ਫੜ ਲਿਆ ਤਾਂ ਸਾਨੂੰ ਫੜਾ ਦੇਣਾ ਹਨਾ ਸੋ ਇਹ ਅੰਡਰਗਰਾਊਂਡ ਲਹਿਰ ਦੀਆਂ ਇਸ ਕਿਸਮ ਦੀਆਂ ਕੰਪਲਸ਼ਨਸ ਹੁੰਦੀਆਂ ਨੇ ਉਹਦੇ ਚੋਂ ਸ਼ੱਕ ਦੇ ਆਧਾਰ ਤੇ ਆਪਣੀ ਸੇਫਟੀ ਲਈ ਕਈ ਵਾਰੀ ਬੰਦੇ ਇਸ ਤਰ੍ਹਾਂ ਮਾਰੇ ਜਾਂਦੇ ਹੈਗੇ ਆ ਸੋ ਹੁਣ ਸਾਨੂੰ ਲੱਗਦਾ ਵੀ ਜਦੋਂ ਉਹ ਵੱਡੇ ਪਾਤਰ ਆ ਖਤਮ ਹੋ ਚੁੱਕੇ ਆ ਉਹਨਾਂ ਦੀਆਂ ਕੀ ਗਲਤੀਆਂ ਕਮਜ਼ੋਰੀਆਂ ਜਾਂ ਕੰਪਲਸਿਜ਼ ਨੇ ਨਾ ਉਹਨਾਂ ਨੂੰ ਖਾਲਸਾ ਪੰਥ ਆ ਜਿਹੜਾ ਕਿਸੇ ਸਹਿਜ ਧੰਗ ਨਾਲ ਜਿਹੜੀਆਂ ਦੋਹੇ ਧਿਰਾਂ ਨੇ ਉਹ ਮਿਲ ਬੈਠ ਕੇ ਜਾਂ ਜਿਹੜੀਆਂ ਆਸਪੈਕਟਸ ਨੂੰ ਲੈ ਕੇ ਉਹਨਾਂ ਨੂੰ ਕਰਨ ਦਾ ਕੋਈ ਉਹ ਮੇਰਾ ਅਗਲਾ ਸਵਾਲ ਇਹੀ ਆ ਰਿਹਾ ਸੀ ਕਿ ਜਦੋਂ ਇਸ ਤਰ੍ਹਾਂ ਦਾ ਕੰਮ ਹੋ ਜਾਂਦਾ ਹੈ ਅੱਜ ਜੇ ਆਪਾਂ ਕੀ ਕਿੰਨਾ ਕਿੰਨੇ ਸਾਲ ਹੋ ਗਏ ਨੇ ਇਸ ਨੂੰ ਤੇ ਜੀ ਆਪਾਂ ਕਹੀ ਕਿ ਜੇ ਅਸੀਂ ਪੁਰਾਣਿਆਂ ਨੂੰ ਲੈ ਕੇ ਦੁਬਾਰਾ ਉਹਨਾਂ ਦੇ ਜਿਹੜੇ ਫਾਲੋਅਰਸ ਹੈਗੇ ਨੇ ਉਹਨਾਂ ਦੇ ਵਿੱਚ ਘੜਤਣਾਵੇ ਜਿਹੜੇ ਇਹਨਾਂ ਦੇ ਫਾਲੋਅਰਸ ਨੇ ਇਹਨਾਂ ਦੇ ਵਿੱਚ ਆਪਸੀ ਘੜਤਣਾਵੇ ਫਿਰ ਇਹਦੀ ਆਉਟਪੁੱਟ ਤੇ ਕੋਈ ਨਹੀਂ ਆਉਂਦੀ ਆਪਾਂ じゃ ਇਹਦੀ ਕੌਮ ਨੂੰ ਕੀ ਇਹਦਾ ਕੀ ਮਿਲੂਗਾ ਕੀ ਇਹਦੇ ਚੋਂ ਜੇ ਆਪਾਂ ਇਹਨੂੰ ਹੋਰ ਜ਼ਿਆਦਾ ਖਰੋਦਾਂਗੇ ਤੇ ਹਾਂਜੀ ਹਾਂਜੀ ਇੱਕ ਤਾਂ ਪਹਿਲਾਂ ਤੁਹਾਡੇ ਸਵਾਲ ਦਾ ਦੂਜਾ ਐਸਪੈਕਟ ਹੈਗਾ 1992 ਵਾਲੀਆਂ ਚੋਲਾਂ ਦਾ ਜਿਹੜਾ ਨਾ ਉਹ ਹੋ ਰਹਿ ਗਿਆ ਸੀਗਾ ਸੋ 1992 ਵਾਲੀਆਂ ਚੋਣਾਂ ਦਾ ਵੀ ਦੱਸਿਆ ਜਾ ਰਿਹਾ ਹੈਗਾ ਵੀ ਇਹ ਸਾਰੀਆਂ ਜਿਹੜੀਆਂ ਜਿਹੜੀਆਂ ਪੰਜ ਜਥੇਬੰਦੀਆਂ ਉਦੋਂ ਇਕੱਠੀਆਂ ਹੋਈ ਸੀ ਉਹਨਾਂ ਉਹਨਾਂ ਦਾ ਫੈਸਲਾ ਸੀ ਤੇ ਜੇ ਤੁਸੀਂ ਸੁਣਿਆ ਹੋਵੇ ਪੱਤਰਕਾਰ ਜਗਤਾਰ ਸਿੰਘ ਇੰਡੀਅਨ ਐਕਸਪ੍ਰੈਸ ਦੇ ਪੱਤਰਕਾਰ ਰਹੇ ਨੇ ਉਹਨਾਂ ਦੀ ਭਾਈ ਪਰਮਜੀਤ ਸਿੰਘ ਪੰਜਵੜ ਦੀ ਸ਼ਹਾਦਤ ਤੋਂ ਬਾਅਦ ਅਗਲੇ ਦਿਨ ਵੀਡੀਓ ਆਉਂਦੀ ਹੈਗੀ ਆ ਉਹ ਕਹਿੰਦੇ ਵੀ ਜਿਸ ਦਿਨ ਚੋਣਾ ਦਾ ਬਾਈਕਾਰਡ ਦਾ ਫੈਸਲਾ ਲਿਆ ਜਾਣਾ ਸੀ ਨਾ ਚੋਣਾ ਬਾਹਰੇ ਫੈਸਲਾ ਲਿਆ ਜਾਣਾ ਸੀ ਉਸ ਦਿਨ ਉੱਥੇ ਚੰਡੀਗੜ੍ਹ ਵੱਡੀ ਮੀਟਿੰਗ ਸੀ ਕਿ ਮੇਰੇ ਖਿਆਲ ਕੋਈ ਵੱਡੇ ਸਰਕਾਰੀ ਉਹਦੇ ਵਿੱਚ ਇਹਨਾਂ ਜਿੱਥੇ ਮੀਟਿੰਗ ਸੰਧੀਆਂ ਨੇ ਤੇ ਉੱਥੇ ਸਾਰੀ ਅਕਾਲੀ ਲੀਡਰਸ਼ਿਪ ਆਈ ਹੋਈ ਸੀ ਤੇ ਭਾਈ ਮਨਜੀਤ ਸਿੰਘ ਉਹ ਸਾਰੀ ਗੱਲ ਨੂੰ ਲੀਡ ਕਰ ਰਹੇ ਸੀ ਹੈਨਾ ਜੀ ਸੋ ਭਾਈ ਮਨਜੀਤ ਸਿੰਘ ਉਹ ਕਹਿੰਦੇ ਵੀ ਮੀਟਿੰਗ ਦੇ ਦੌਰਾਨ ਹੀ ਉਹਨਾਂ ਨੂੰ ਰਿਸੈਪਸ਼ਨ ਤੋਂ ਸੁਨੇਹਾ ਮਿਲਿਆ ਵੀ ਇੱਕ ਫੋਨ ਆਇਆ ਹਮ ਭਾਈ ਮਨਜੀਤ ਸਿੰਘ ਲਈ ਹੈਨਾ ਸੋ ਭਾਈ ਮਨਜੀਤ ਸਿੰਘ ਉੱਠ ਕੇ ਜਾਂਦੇ ਆ ਪੱਤਰਕਾਰ ਜਗਤਾਰ ਸਿੰਘ ਕਹਿੰਦਾ ਵੀ ਮੈਨੂੰ ਇੱਕਦਮ ਸ਼ੱਕ ਪੈ ਗਿਆ ਵੀ ਜਿਹੜਾ ਜਿਹੜੇ ਫੋਨ ਦੀ ਉਹ ਡੀਕ ਕਰ ਰਹੀ ਸੀ ਉਹ ਆ ਗਿਆ ਹੋਇਆ ਕਹਿੰਦੇ ਵੀ ਮੈਂ ਉਹਨਾਂ ਨੂੰ ਫਾਲੋ ਕਰਿਆ ਭਾਈ ਮਨਜੀਤ ਸਿੰਘ ਨੂੰ ਸੋ ਉੱਥੇ ਥੱਲੇ ਜਾ ਕੇ ਉਹਨਾਂ ਨੇ ਰਿਸੈਪਸ਼ਨ ਤੇ ਜਦੋਂ ਫੋਨ ਅਟੈਂਡ ਕਰਿਆ ਤੇ ਦੂਜੇ ਪਾਸੇ ਕਹਿੰਦੇ ਵੀ ਭਾਈ ਮਨਜੀਤ ਸਿੰਘ ਪੰਜ ਵਰਸੀ ਜੀ ਉਹਨਾਂ ਨੇ ਭਾਈ ਮਨਜੀਤ ਸਿੰਘ ਨੂੰ ਕਿਹਾ ਵੀ ਆਪਾਂ ਜਿਹੜਾ ਬਾਈਕਾਟ ਕਰਨਾ ਹੈ ਹੂੰ ਹੂੰ ਸੋ ਉਹਦਾ ਫੈਸਲਾ ਫਿਰ ਆ ਕੇ ਭਾਈ ਮਨਜੀਤ ਸਿੰਘ ਨੇ ਸੁਣਾ ਦਿੱਤਾ ਈਟਿੰਗ ਚ ਵੀ ਬਾਈਕਾਟ ਹੈਗਾ ਹੁਣ ਬਾਈਕਾਟ ਦੇ ਮਸਲੇ ਤੇ ਮੈਂ ਕੋਈ ਅਥਾਰਟੀ ਨਹੀਂ ਹਾਂ ਪਰ ਮੈਂ ਵੱਖ-ਵੱਖ ਇਸ ਇਸ ਸਮੁੱਚੇ ਸੰਦਰਭ ਨਾਲ ਜਿਹੜੀਆਂ ਧਿਰਾਂ ਜੁੜੀਆਂ ਹੋਈਆਂ ਨਾ ਉਹਨਾਂ ਨਾਲ ਹੌਲੀ-ਹੌਲੀ ਐਜ਼ ਏ ਪੱਤਰਕਾਰ ਮੈਂ ਗੱਲ ਕਰਨ ਦੀ ਕੋਸ਼ਿਸ਼ ਕੀਤੀ ਸਾਰਾ ਕੁਝ ਮੈਨੂੰ ਨਹੀਂ ਪਤਾ ਲੱਗਿਆ ਪਰ ਜਿੰਨਾ ਕੁ ਕੁਝ ਮੈਨੂੰ ਲੱਗਿਆ ਵੀ ਜੇ ਆਪਾਂ ਉਹ ਸੰਗਤਾਂ ਨਾਲ ਸਾਂਝਾ ਕਰੀਏ ਤਾਂ ਮੈਨੂੰ ਨਹੀਂ ਪਤਾ ਵੀ ਉਹ ਉਸ ਹੈਲਪਫੁਲ ਹੋਊਗਾ ਜਾਂ ਨਹੀਂ ਹੋਊਗਾ ਜੀ ਸੋ ਮੈਂ ਤਾਂ ਜਿੰਨੇ ਕੁ ਮੈਨੂੰ ਸਮਝ ਆਇਆ ਉਹਨਾਂ ਸਾਰੇ ਨਾਲ ਚਾਹੇ ਮੈਂ ਅਜਮੇਰ ਸਿੰਘ ਉਹਨਾਂ ਨਾਲ ਗੱਲ ਕਰੀ ਐ ਭਾਈ ਦਲਜੀਤ ਸਿੰਘ ਨਾਲ ਗੱਲ ਕਰੀ ਐ ਕਰਮਜੀਤ ਸਿੰਘ ਪੱਤਰਕਾਰ ਨਾਲ ਐ ਹੋਰ ਇਸ ਤਰ੍ਹਾਂ ਦੇ ਜਿਹੜੇ ਲੋਕ ਹਨ ਜਿਹੜੇ ਉਸ ਸਮੇਂ ਮੂਮੈਂ ਜਿਨ੍ਹਾਂ ਦਾ ਮੁੱਖ ਸੀਗਾ ਯੋਗਦਾਨ ਸੀਗਾ ਆਪਾਂ ਕਹਿ ਲਈਏ ਉਹਦੇ ਚੋਂ ਜਿਹੜੀ ਮਨ ਨੂੰ ਗੱਲ ਸਮਝ ਆਈ ਉਹ ਕਹਿੰਦਾ ਵੀ 1990 ਤੋਂ 1991 ਵਿੱਚ ਨਾ ਜਿਹੜੀ ਅਮਰੀਕਨ ਸਰਕਾਰ ਆ ਉਹ ਕਾਫੀ ਇੰਟਰਸਟ ਲੈਣ ਲੱਗ ਗਈ ਸੀ ਸਿੱਖਾਂ ਦੀ ਲਹਿਰ ਵਿੱਚ ਹਾਂ ਨਾ ਸੋ ਕਿਉਂਕਿ ਉਸ ਵੇਲੇ ਬਿਲ ਕਲਿੰਟਨ ਬਣਦੇ ਆ 1992 ਵਿੱਚ ਉਹਨਾਂ ਨੇ ਬਿਲ ਕਲਿੰਟਨ ਨੇ ਉਹ ਤੋਂ ਪਹਿਲਾਂ ਹੀ ਸਿੱਖ ਲਹਿਰ ਵਿੱਚ ਕਾਫੀ ਦਰਜਸ਼ੀ ਵੀ ਲੈਣੀ ਸ਼ੁਰੂ ਕਰ ਦਿੱਤੀ ਸੀ ਔਰ ਉਹਨਾਂ ਦਾ ਇਹ ਇਹ ਸਿਗਾ ਵੀ ਤੁਸੀਂ ਸਾਨੂੰ ਇਹ ਸਿੱਧ ਕਰਕੇ ਦਿਖਾਓ ਵੀ ਜਿੱਦਾਂ ਜਿਹੜੇ ਪੰਜਾਬ ਦੇ ਲੋਕ ਨੇ ਉਹ ਇੰਡੀਅਨ ਸਟੇਟ ਦੇ ਸਮੁੱਚੇ ਜਿਹੜੀ ਜਿਹੜੀ ਉਹ ਉੱਥੇ ਸਰਗਰਮੀਆਂ ਕਰਦੇ ਆ ਉਹਦੀ ਵਿਰੋਧਤਾ ਕਰਦੇ ਆ ਸੋ ਉਹਦੇ ਕਾਨੂੰਨੀ ਐਸਪੈਕਟ ਨੂੰ ਨਹੀਂ ਮੰਨਦੇ ਹਾਂ ਇਹ ਇਹਨਾਂ ਤੇ ਇੱਕ ਉਹਨਾਂ ਨੇ ਇੱਕ ਸ਼ਰਤ ਈ ਲਾਈ ਸੀ ਉਹਦੇ ਚੋਂ ਜਸਪਾਲ ਸਿੰਘ ਢਿੱਲੋਂ ਨੂੰ ਉਹਨਾਂ ਨੇ ਲਗਾਤਾਰ ਉੱਥੇ ਅਮਰੀਕਾ ਵਿੱਚ ਹੀ ਸੈਟਲ ਕਰ ਲਿਆ ਸੀ ਹਨਾ ਵੀ ਇੱਕ ਸਪੋਕਸਪਰਸਨ ਬਣਾ ਕੇ ਜਿਹੜੀਆਂ ਸਿੱਖ ਲਹਿਰ ਦੀਆਂ ਜਥੇਬੰਦੀਆਂ ਸੋ ਅਮਰੀਕਨ ਇੰਟਰਸਟਾਂ ਦੇ ਸੰਦਰਭ ਵਿੱਚ ਉਹ ਕਹਿੰਦੇ ਸੀ ਫੇਰ ਅਸੀਂ ਤੁਹਾਡੀ ਕੋਈ ਵੱਡੀ ਡਿਪਲੋਮੈਟਿਕ ਜਿਹੜੀ ਆ ਉਹ ਗੱਲ ਕਰਾਂਗੇ 1991 90 ਤੇ 91 ਵਿੱਚ ਜਿਹੜਾ ਪੋਲਿਟਿਕਲੀ ਇਹਨਾਂ ਦਾ ਕਾਫੀ ਜ਼ਿਆਦਾ ਆਧਾਰ ਬਹੁਤ ਨੇੜੇ ਸੀ ਜਿਸ ਤਰ੍ਹਾਂ ਉਹਦੇ ਨਾਲ ਗੱਲਬਾਤ ਕਰਨ ਦੇ ਸੋ ਉਹਦੇ ਚੋ ਇਹ ਫੈਸਲਾ ਹੋਇਆ ਸੀਗਾ ਵੀ ਜਿਹੜੀਆਂ 1992 ਦੀਆਂ ਚੋਣਾਂ ਆਉਂਦੀਆਂ ਜੀ ਅਸੀਂ ਇੰਟਰਨੈਸ਼ਨਲ ਕਮਿਊਨਿਟੀ ਨੂੰ ਇਹ ਦੱਸ ਦਿੰਦੇ ਹੈਗੇ ਆ ਵੀ ਪੰਜਾਬ ਦੇ ਲੋਕ ਆ ਜਿਹੜੇ ਇੰਡੀਅਨ ਸਿਸਟਮ ਵਿੱਚ ਵਿਸ਼ਵਾਸ ਨਹੀਂ ਕਰਦੇ ਔਰ ਉਹਨਾਂ ਵੱਲੋਂ ਚੜਾਏ ਗਏ ਕਿਸੇ ਵੀ ਚੋਣ ਡੰਬਰ ਵਿੱਚੋਂ ਸ਼ਾਮਲ ਨਹੀਂ ਹੁੰਦੇ ਤਾਂ ਸਾਡੀ ਇੰਟਰਨੈਸ਼ਨਲ ਲੈਵਲ ਤੇ ਕੋਈ ਪ੍ਰਤੀ ਗੱਲ ਗੱਲ ਸੁਣੀ ਜਾ ਸਕਦੀ ਹੈ ਇਹਨਾਂ ਸਾਰੀਆਂ ਇੰਟਰਵਿਊਸ ਇਹ ਸਮਝ ਆਈ ਹੈਗੀ ਹੈ ਨਾ ਦੂਜਾ ਉਹਨਾਂ ਦਾ ਇਹ ਕਹਿਣਾ ਹੈਗਾ ਵੀ ਜਿਹੜੇ ਲੋਕ ਚੋਣਾ ਲੜਨ ਲਈ ਉਤਾਵਲੇ ਸੀ ਜੀ ਉਹ ਸਿੱਖ ਲਹਿਰ ਦੀ ਉਸ ਸਿਧਾਂਤਕ ਉੱਚਤਾ ਦੇ ਮਿਆਰ ਦੇ ਨਹੀਂ ਸੀ ਹਾਂ ਹਾਂ ਹੈ ਨਾ ਉਹਨਾਂ ਨੇ ਮਤਲਬ ਕਿ ਉਹੀ ਕੁਝ ਕਰਨਾ ਸੀ ਮਤਲਬ ਉਹ ਕਿਤੇ ਨਾ ਕਿਤੇ ਪਾਵਰ ਗ੍ਰੈਬਿੰਗ ਦੇ ਵਿੱਚ ਸੀਗੇ ਵੀ ਮੇਰੇ ਕੋਲ ਕੁਰਸੀ ਆ ਜਾਏ ਜਾਂ ਮੇਰੀਆਂ ਵਧ ਸੀਟਾਂ ਹੋਣ ਉਹ ਸਿਰਫ ਲਹਿਰ ਦਾ ਨਾ ਵਰਤ ਕੇ ਸਿਰਫ ਸੱਤਾ ਹਥਿਆਉਣੀ ਚਾਹੁੰਦੇ ਸੀ ਉਹਨਾਂ ਦਾ ਹਾਲ ਉਹੀ ਹੋਣਾ ਸੀ ਜਿਹੜਾ 1 ਸਾਲ ਬਾਅਦ ਆਮ ਆਦਮੀ ਪਾਰਟੀ ਦਾ ਇਸ ਵੇਲੇ ਹੋ ਗਿਆ ਹੋਇਆ ਹੈ ਨਾ ਵੀ ਇਸ ਕਿਸਮ ਉਹ ਵੀ ਉਹ ਲਹਿਰ ਦੇ ਉਹਨਾਂ ਜਿਹੜੇ ਉੱਚ ਸਿਧਾਂਤ ਹੈਗੇ ਆ ਉਹਨਾਂ ਬੰਦਿਆਂ ਦੀ ਇਹ ਵਰਡਿੰਗ ਆ ਜਿਨ੍ਹਾਂ ਨਾਲ ਮੈਂ ਗੱਲ ਕਰੀ ਆ ਵੀ ਉਹ ਲੋਕ ਜਿਹੜੇ ਲਹਿਰ ਦੇ ਉੱਚੇ ਸਿਧਾਂਤ ਨੇ ਸਿਧਾਂਤਕ ਆਸਪੈਕਟ ਤੋਂ ਵੀ ਉਹਨਾਂ ਦੀ ਜਿਹੜੀ ਹੈਗੀ ਆ ਵੀ ਉਹਨਾਂ ਦੀ ਉਹ ਤਰਜਮਾਨੀ ਨਹੀਂ ਸੀ ਕਰਦੇ ਉਹ ਬਹੁਤ ਕਮਜ਼ੋਰ ਸੀ ਉਹਨਾਂ ਵਿੱਚ ਸੱਤਾ ਗ੍ਰੈਬ ਕਰਨ ਦੀ ਜਿਹੜੀ ਹੈਗੀ ਆ ਵੀ ਉਹ ਲਾਲਸਾ ਸੀ ਸੋ ਇਸ ਕਰਕੇ ਸਾਨੂੰ ਲੱਗਿਆ ਵੀ ਜੇ ਲਹਿਰ ਦੀ ਅਗਵਾਈ ਕਰਨ ਵਾਲੇ ਜਾਂ ਲਹਿਰ ਦਾ ਜਿਹੜਾ ਇੱਕ ਫੇਸ ਹੋਊਗਾ ਉਹ ਇੰਨੇ ਕਮਜ਼ੋਰ ਲੋਕ ਆਉਣਗੇ ਉਹਦੇ ਨਾਲ ਹੋ ਸਕਦਾ ਵੀ ਜ ਹੁਣ ਇਹ ਨਹੀਂ ਸੀ ਪਤਾ ਵੀ 92 ਤੋਂ ਬਾਅਦ ਜਾ ਕੇ ਉਹ ਜਿਹੜਾ ਸਾਰਾ ਕੁਝ ਆ ਉਹ ਖਤਮ ਹੋ ਜਾਣਾ ਉਹ ਤਾਂ ਐਸੀ ਵੀ ਲਹਿਰ ਹਲੇ ਚੱਲਣੀ ਆ ਚੱਲਣੀ ਆ ਜਿਹੜਾ ਜਿਹੜਾ ਪੋਲੀਟੀਕਲ ਫੇਸ ਹੋਵੇ ਇਨਾ ਮਜ਼ਬੂਤ ਇਨਾ ਬੇਦਾਗ ਇਨਾ ਇਮਾਨਦਾਰ ਔਰ ਇਨਾ ਜਜ਼ਬੇ ਵਾਲਾ ਹੋਣਾ ਚਾਹੀਦਾ ਵੀ ਉਹ ਜਦੋਂ ਫੇਸ ਪੇਸ਼ ਹੋਵੇ ਤਾਂ ਉਹਦੀ ਕੋਈ ਗੱਲ ਚੱਲੇ ਹੈਨਾ ਸੋ ਹੁਣ ਤੇ ਮਤਲਬ ਹੁਣ ਆਪਾਂ ਨੂੰ ਦੂਜੇ ਨੁਕਸਾਨ ਬਾਰੇ ਪਤਾ ਹੈ ਪਰ ਇਹ ਵਾਲਾ ਤੇ ਫੈਸਲਾ ਹੀ ਨਹੀਂ ਹੋਇਆ ਨਾ ਜੇ ਹੋ ਸਕਦਾ ਕਿ ਨਹੀਂ ਹੋਇਆ ਤੇ ਜੇ ਹੋਇਆ ਹੁੰਦਾ ਤੇ ਹੋ ਸਕਦਾ ਕਿ ਪੋਜ਼ਿਟਿਵ ਜਾਂਦਾ ਹੋ ਸਕਦਾ ਵਾਧਾ ਨੁਕਸਾਨ ਹੋ ਜਾਂਦਾ ਹਾਂ ਤੇ ਉਸ ਤੋਂ ਬਾਅਦ ਇੱਕ ਇਹ ਸੀ ਉਹ ਕਹਿੰਦਾ ਵੀ ਆਪਸੀ ਪਾਟੋ ਧਾੜ ਇੰਨੀ ਸੀ ਵੀ ਹਰ ਬੰਦਾ ਐਮਐਲਏ ਦੇ ਟਿਕਟ ਲੈਣ ਲਈ ਆਪਣੇ ਵਿਰੋਧ ਵਿੱਚ ਖੜਨ ਵਾਲੇ ਖਾੜਕੂ ਲਹਿਰ ਦੇ ਦੂਜੇ ਬੰਦਿਆਂ ਦਾ ਗਲਾ ਕੱਟਣ ਨੂੰ ਤਿਆਰ ਸੀ ਸੋ ਹੁਣ ਇਹ ਐਸਪੈਕਟ ਸੀਗਾ ਵੀ ਚੋਣਾ ਹੋਣ ਤੋਂ ਪਹਿਲਾਂ ਹੀ ਆਪਸ ਵਿੱਚ ਹੀ ਇੰਨੀ ਭਰਾ ਮਾਰੂ جنگ ਹੋ ਜਾਣੀ ਸੀ ਇੱਕ ਦੂਜੇ ਨਾਲ ਹੀ ਵੱਡ ਟੱਕੇ ਇੰਨੇ ਹੋ ਜਾਣੇ ਸੀ ਹਨ ਉਹਨਾਂ ਨੇ ਕਹਿੰਦੇ ਵੀ ਕੰਸੈਂਸਸ ਬਣਾਉਣ ਦੀ ਕੋਸ਼ਿਸ਼ ਕਰੀ ਪਰ ਕੰਸੈਂਸ ਜਦੋਂ ਹਾਲਾਤ ਦੇਖੇ ਵੀ ਇੱਕ ਦੂਜੇ ਦਾ ਗਲਾ ਕੱਟਣ ਨੂੰ ਤਿਆਰ ਨੇ ਸਾਡੇ ਜਿਹੜੇ 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 ਲਹਿਰ ਦੇ ਲੀਡਰ ਨੇ ਮਤਲਬ ਕਿ ਜਿਨ੍ਹਾਂ ਦੀ ਆਪਸ ਚ ਅਲਾਈਨਮੈਂਟਸ ਵੱਖਰੀਆਂ ਵੱਖਰੀਆਂ ਨੇ ਸੋ ਕਹਿੰਦੇ ਵੀ ਉਸ ਹਾਲਾਤ ਚ ਸਾਨੂੰ ਲੱਗਿਆ ਵੀ ਇਹ ਜਿਹੜਾ ਹੈਗਾ ਵੀ ਇਸ ਤਰ੍ਹਾਂ ਇਹ ਦੋ ਤਿੰਨ ਫੈਕਟਰ ਆ ਜਿਹੜੇ ਆਏ ਉਹਦੇ ਚੋਂ ਪਰਮਜੀਤ ਸਿੰਘ ਪੰਜਬੜ ਦਾ ਕਾਫੀ ਮਹੱਤਵਪੂਰਨ ਰੋਲ ਸੀ ਹੁਣ ਇਹ 네ਗੇਟਿਵ ਆਇਆ ਪੋਜ਼ਿਟਿਵ ਆਇਆ ਇਹ ਤਾਂ ਫੈਸਲਾ ਪੰਥ ਨੇ ਕਰਨਾ ਸੋ ਅਸੀਂ ਫੈਸਲਾ ਨਹੀਂ ਦੇ ਰਹੇ ਅਸੀਂ ਜਸਟ ਮੈਂ 10 15 20 ਸਾਲਾਂ ਤੋਂ ਜਿਹੜੀਆਂ ਇਹਨਾਂ ਲੋਕਾਂ ਨਾਲ ਕਿਉਂਕਿ ਸਾਰਾ ਕੁਝ ਇੱਕੋ ਮੀਟਿੰਗ ਵਿੱਚ ਨਹੀਂ ਦੱਸਦੇ ਉਹਨਾਂ ਨਾਲ ਹੌਲੀ 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 ਥੋੜੇ 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 ਜਿਹੜੇ ਪੱਤੇ ਆ ਉਹ ਤੋੜ ਤੇ ਜਿਹੜਾ ਮੈਂ ਦੁਬਾਰਾ ਤੁਹਾਨੂੰ ਸਵਾਲ ਪੁੱਛਿਆ ਸੀ ਕਿ ਕਈ ਵਾਰ ਜਿੱਦਾਂ ਹੋ ਜਾਂਦਾ ਹੈ ਕਿ ਹੁਣ ਆਹ ਗੱਲ ਬਹੁਤ ਜ਼ਿਆਦਾ ਪੁਰਾਣੀ ਹੈਗੀ ਆ ਜੇ ਆਪਾਂ ਇਹਨੂੰ ਹੋਰ ਜ਼ਿਆਦਾ ਰੜਕਾਂਗੇ ਕੀ ਇਹਦੇ ਵਿੱਚੋਂ ਦੋ ਤਰਾਂ ਦਾ ਆਪਸੀ ਟਕਰਾਵ ਉਦੋਂ ਵੀ ਦੋ ਤਰਾਂ ਦਾ ਟਕਰਾਵ ਸੀਗਾ ਚਾਹੇ ਆਪਾਂ ਕਹਿ ਲਈਏ ਉਹਨਾਂ ਸਮਿਆਂ ਦੇ ਵਿੱਚ ਇੱਕ ਧਿਰ ਨੇ ਜਿਹੜਾ ਹੈਗਾ ਜਾਂ ਹਰਮਿੰਦਰ ਸਿੰਘ ਸੰਧੂ ਦੀ ਹੋਣ ਵੀ ਗੱਲ ਹੁੰਦੀ ਹੈ ਇਹ ਚੀਜ਼ਾਂ ਨੂੰ ਰਗੜ ਕੇ ਕੀ ਆਉਟਪੁੱਟ ਕੀ ਆਂਦੀ ਕੀ ਇਹਦਾ ਕਿਤੇ ਕੌਮ ਨੂੰ ਕੋਈ ਬੈਨੀਫਿਟ ਮਿਲੇਗਾ ਨਹੀਂ ਜੀ ਨਹੀਂ ਸੋ ਉਹਦੇ ਚੋਂ ਜਿਹੜੇ ਹੈਗੀਆਂ ਗਲਤਫਹਿਮੀਆਂ ਦੁਸ਼ਮਣੀਆਂ ਨਫ਼ਰਤਾਂ ਉਹ ਵੱਧ ਮਿਲਦੀ ਸੋ ਸਾਨੂੰ ਹੁਣ ਲੱਗਦਾ ਵੀ ਉਹ ਜਿਨ੍ਹਾਂ ਨੇ ਵੀ ਆਪਾਂ ਕਹਿ ਸਕਦੇ ਹਾਂ ਵੀ ਆਪਣੀ ਸ਼ਹਾਦਤ ਦਿੱਤੀ ਆ ਜਾਨ ਦਿੱਤੀ ਆ ਕੌਮ ਲਈ ਆ ਜਿਨ੍ਹਾਂ ਨੇ ਤਸ਼ੱਦਦ ਚੱਲਿਆ ਉਹ ਸਾਰੇ ਜਿਹੜੇ ਜਿਉਂਦੇ ਬੱਚੇ ਨੇ ਵੀ ਉਹ ਇੱਕ ਸਾਂਝਾ ਜਿਹੜਾ ਹੈਗਾ ਵੀ ਇੱਕ ਸਾਂਝ ਪੈਦਾ ਕਰਨ ਗੁਰੂ ਗੋਬਿੰਦ ਸਿੰਘ ਦੇ ਬੱਚੇ ਹੋਣ ਦਾ ਇੱਕ ਸਾਂਝਾ ਜਿਹੜੀ ਪੈਦਾ ਕੀਤੀ ਜਾ ਵੀ ਜਿਹੜੀ ਇਹ ਹੁੱਲੜਵਾਜਾਂ ਵਾਲੀ ਰਾਜਨੀਤੀ ਆ ਇਹਦਾ ਤਿਆਗ ਹੋਣਾ ਚਾਹੀਦਾ ਕੋਈ ਸਹਿਜ ਹੋਣਾ ਚਾਹੀਦਾ ਤੁਹਾਡੇ ਵਿੱਚ ਆਮ ਜਿਹੜੇ ਆਮ ਰਾਜਨੀਤੀਵਾਨ ਹਨ ਹੈ ਨਾ ਵੀ ਜਿਹੜੇ ਇੱਕ ਦੂਜੇ ਦੇ ਲੱਤਾਂ ਛੋਟੇ ਛੋਟੇ ਧੜੇ ਪਾਲਦੇ ਆ ਇਹ ਆ ਇੱਕ ਦੂਜੇ ਦੀਆਂ ਜੜੀਆਂ ਵੀ ਕਹਿ ਸਕਦੇ ਵੀ ਸੀਟ ਹੱਥੇ ਆਉਣ ਲਈ ਇੱਕ ਬਹੁਤ ਹੀ ਨੀਵੇਂ ਕਿਸਮ ਦਾ ਚਲੇ ਜਾਂਦੇ ਸੋ ਸਿੱਖਾਂ ਦਾ ਜਿਹੜਾ ਕਰਤਾਰ ਹੈ ਉਹ ਇਸ ਕਿਸਮ ਦਾ ਨੀਵਾ ਨਹੀਂ ਹੋਣਾ ਚਾਹੀਦਾ ਉਹਨਾਂ ਸਾਰੀਆਂ ਤਰ੍ਹਾਂ ਨੂੰ ਸਾਨੂੰ ਲੱਗਦਾ ਵੀ ਇੱਕ ਮੰਚ ਤੇ ਇਕੱਠਾ ਹੋਣਾ ਚਾਹੀਦਾ ਇੱਕ ਸਹਿਜ ਵਿੱਚ ਵਿਚਰਨਾ ਚਾਹੀਦਾ ਗਲਤੀਆਂ ਕਮਜ਼ੋਰੀਆਂ ਘਾਟਾਂ ਲਹਿਰਾਂ ਦੌਰਾਨ ਬਹੁਤ ਕੁਝ ਹੁੰਦਾ ਹੈ ਸੋ ਜਿਹੜੇ ਅੰਡਰਗਰਾਊਂਡ ਲੀਡਰ ਹੁੰਦੇ ਆ ਉਹਨਾਂ ਦੀਆਂ ਬਹੁਤ ਸਾਰੀਆਂ ਆਪਣੀਆਂ ਮਜਬੂਰੀਆਂ ਤੇ ਕੰਪਲਸ਼ਨਸ ਹੁੰਦੀਆਂ ਉਹਦੇ ਚੋਂ ਕੁਝ ਗਲਤ ਬੰਦੇ ਵੀ ਮਾਰੇ ਗਏ ਹੋਣਗੇ ਜਾਂ ਕੁਝ ਚੰਗੇ ਬੰਦੇ ਵੀ ਮਤਲਬ ਕਿ ਇਸ ਤਰ੍ਹਾਂ ਦਾ ਬਹੁਤ ਕੁਝ ਹੋਇਆ ਹੁੰਦਾ ਪਰ ਹੁਣ ਜਦੋਂ ਇੰਨੇ ਸਾਲ ਮਨਨ ਖਲਤੀ ਸਾਲ ਬੀਤ ਗਏ ਨੇ ਸਾਨੂੰ ਲੱਗਦਾ ਵੀ ਕੌਮ ਨੂੰ ਜਿਹੜਾ ਹੈਗਾ ਉਹਨਾਂ ਨਫ਼ਰਤਾਂ ਤੋਂ ਬਾਹਰ ਨਿਕਲ ਕੇ ਇੱਕ ਸਾਂਝੇ ਕੌਮੀ ਜਜ਼ਬੇ ਲਈ ਜਿਹੜਾ ਹੈਗਾ ਜਿਸ ਤਰ੍ਹਾਂ ਆਨੰਦਪੁਰ ਸਾਹਿਬ ਦੇ ਮਤੇ ਲਈ ਜਾਂ ਵੱਧ ਫੈਡਰਲ ਢਾਂਚੇ ਲਈ ਜਿਹੜੀ ਹੈਗੀ ਆ ਇੱਕ ਡੈਮੋਕ੍ਰੈਟਿਕ ਲੜਾਈ ਆ ਉਹ ਅੱਗੇ ਵਧਾਉਣੀ ਚਾਹੀਦੀ ਜੀ ਬਿਲਕੁਲ ਜੀ ਔਰ ਦੂਜੀ ਗੱਲ ਇਹ ਵੀ ਹੈ ਕਿ ਵਿਰਾਸਤ ਦੇ ਵਿੱਚ ਅਸੀਂ ਆਪਣੀ ਆਉਣ ਵਾਲੀ ਪੀੜ੍ਹੀ ਨੂੰ ਕੀ ਦੇ ਕੇ ਜਾਣੇ ਹੈ ਕਿ ਅਸੀਂ ਵਿਰਾਸਤ ਦੇ ਵਿੱਚ ਜੋ ਦੋ ਧੜਾਂ ਦੀ ਕੜਤਨ ਉਦੋਂ ਸੀ ਜੋ ਧੜੇਬਾਜੀ ਉਦੋਂ ਸੀ ਜੇ ਅਸੀਂ ਉਹੀ ਅੱਗੇ ਪਰੋਸ ਕੇ ਜਾਣੇ ਆ ਤੇ ਫਿਰ ਆਉਣ ਵਾਲੀ ਜਿਹੜੀ ਪੀੜ੍ਹੀ ਹੈਗੀ ਉਹ ਵੀ ਉਸੇ ਤਰੀਕੇ ਦੇ ਨਾਲ ਹੀ ਕੜਤਨਬਾਜੀ ਕਰਦੇ ਰਹੇਗੀ ਔਰ ਇਹੀ ਕਿ ਤਨਾ ਕਿਤੇ ਆਪਾਂ ਕਹੀ ਕਿ ਬਾਹਰਲੇ ਹਾਕਮ ਜਿਹੜੇ ਚਾਹੁੰਦੇ ਹੈਗੇ ਨੇ ਜਿਹੜਾ ਵੱਡਾ ਦੁਸ਼ਮਣ ਹੈ ਉਹਨੂੰ ਤੇ ਇਹ ਚੀਜ਼ ਦੇਖ ਕੇ ਨਜ਼ਾਰਾ ਆਉਂਦਾ ਹੈਗੇ ਤੇ ਆਪਸ ਵਿੱਚ ਜਿਹੜਾ ਨੇ ਲੜੀ ਜਾ ਰਹੇ ਨੇ ਆਪਸ ਵਿੱਚ ਜਿਹੜਾ ਹੈ ਇਹਨਾਂ ਦੀ ਕਨਫਲਿਕਟ ਜਿਹੜਾ ਪਿਆ ਹੋਇਆ ਹੈ ਤੇ ਸਾਨੂੰ ਤੇ ਇਹਨਾਂ ਨਾਲ ਕੋਈ ਲੜਨ ਦੀ ਜ਼ਰੂਰਤ ਹੀ ਨਹੀਂ ਹੈਗੀ ਇਹ ਵੱਡੀਆਂ ਚੀਜ਼ਾਂ ਜਿਹੜੀਆਂ ਖਾਸ ਕਰਕੇ ਜਿਹੜੇ ਲਹਿਰ ਦੇ ਨਾਲ ਸੰਬੰਧਿਤ ਲੋਕ ਹੈਗੇ ਨੇ ਉਹਨਾਂ ਨੂੰ ਇਸ ਦੇ ਉੱਤੇ ਵੀ ਥੋੜਾ ਜਿਹਾ ਸੋਚ ਵਿਚਾਰਨ ਦੀ ਜਿਹ